ਜਾਸਦੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ టు ਦਾ ਪੁਆਇੰਟ ਉਹ ਤੁਹਾਡਾ ਸਵਾਗਤ ਕਰਦਾ ਹਾਂ ਕਾਂਗਰਸ ਕਲੇਸ਼ ਦੀ ਰਿਪੋਰਟ ਹਾਈ ਕਮਾਂਡ ਕੋਲੇ ਪੇਸ਼ ਹੋ ਚੁੱਕੀ ਹੈ ਤੇ ਇਸ ਰਿਪੋਰਟ ਵਿੱਚ ਕੈਪਟਨ ਅਮਰਿੰਦ ਸਿੰਘ ਦੇ ਵਿਰੁੱਧ ਕਿੰਨੇ ਵਿਧਾਇਕ ਕਿੰਨੇ ਨਰਾਸ਼ਿਤ ਹੋਈਆ ਕੈਪਟਨ ਅਮਰਿੰਦ ਸਿੰਘ ਦੀ ਕਾਰਕੁਚਾਰੀ ਤੇ ਕਿੰਨਿਆਂ ਨੇ ਜਿਹੜਾ ਹਾਈ ਕਮਾਂਡ ਕੋ ਸ਼ਿਕਾਇਤ ਕੀਤੀ ਹੈਗੀ ਬਹੁਤ ਸਾਰੇ ਸਵਾਲ ਹੈਗੇ ਹਨ ਸਵਾਲਾਂ ਵਿਚਾਲੇ ਨਿਯੋਸਨ ਸਿੱਧੂ ਨੂੰ ਕਿਹੜਾ ਅਹੁਦਾ ਦਿੱਤਾ ਜਾ ਸਕਦਾ ਹੈ ਨਿਯੋਸਨ ਸਿੱਧੂ ਨੂੰ ਕਿੱਥੇ ਅਡਜਸਟ ਕੀਤਾ ਜਾ ਸਕਦਾ ਹੈ ਸੂਤਰਾਂ ਵੱਲੋਂ ਖਬਰ ਹੈ ਕਿ ਕੈਪਟਨ ਅਮਰਿੰਦ ਸਿੰਘ ਤੇ ਅੰਡਰ ਨਿਯੋਸਨ ਸਿੱਧੂ ਕ ਜਿਵੇਂ ਹੀ ਕਪਤਾਨ ਤੇ ਸਵਾਲ ਉੱਠੇ ਤੇ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਪ੍ਰਗਟ ਸਿੰਘ ਨੇ ਇੱਕੋ ਦਾਮ اٹੈਕ ਕਰਨੇ ਸ਼ੁਰੂ ਕਰ ਦਿੱਤੇ اٹੈਕ ਪਹਿਲਾਂ ਵੀ ਕਰਦੇ ਰਹੇ ਪ੍ਰਗਟ ਸਿੰਘ ਪਰ ਹੁਣ ਟਾਈਮਿੰਗ ਲੈ ਕੇ ਸਵਾਲ ਹੈ ਤੇ ਜਦੋਂ ਪੋਲਿਟਿਕਸ ਹੋਵੇ ਤੇ ਇੱਕ ਸਪੋਰਟਸ ਹੋਵੇ ਉਹਨਾਂ ਵਿੱਚ ਟਾਈਮਿੰਗ ਬਹੁਤ ਜ਼ਿਆਦਾ ਕਾਊਂਟੇਬਲ ਹੁੰਦੀ ਹੈ ਪ੍ਰਗਟ ਸਿੰਘ ਨੇ ਹਾਕੀ ਕਿਉਂ ਚੱਕ ਲਈ ਪ੍ਰਗਟ ਸਿੰਘ ਕਿਹੜੇ ਗੋਲ ਕਰਨ ਵਿੱਚ ਲੱਗੇ ਸਾਰੇ ਸਵਾਲ ਹੋਣਗੇ ਕਲੇਸ਼ ਦੀ ਰਿਪੋਰਟ ਪੇਸ਼ ਪ੍ਰਗਟ ਸਿੰਘ ਨੇ ਵਸਾਇਆ ਕਿਹੜਾ ਪੇਚ ਤਿੰਨ ਮੈਂਬਰ ਕਮੇਟੀ ਕੀ ਹੈ ਨਾ ਰਿਪੋਰਟ ਵਿੱਚ ਕੀ ਆ ਕੀਆ ਤੇ ਕਿਹੜੇ ਫਾਰਮੂਲੇ ਤੇ ਮੰਤਨ ਹੋਇਆ ਸਭ ਕੁਝ ਤੁਸੀਂ ਗ੍ਰਾਫਿਕਲੀ ਦੇਖ ਸਕਦੇ ਹੋ ਪਰ ਵੱਡਾ ਸਵਾਲ ਹੀ ਕੋ ਪੁੱਛਾਂਗੇ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਾਂਗਰਸ ਦੇ ਕਲੇਸ਼ੀ ਦੀ ਰਿਪੋਰਟ ਹਾਈ ਕਮਾਂਡ ਅੱਗੇ ਪੇਸ਼ ਹੁੰਦੀ ਹੈ ਪ੍ਰਗਟ ਸਿੰਘ ਮੈਦਾਨ ਚ ਕਿਉਂ ਆ ਗਏ ਇਸ ਸਵਾਲ ਤੇ ਬਹਿਸ ਹੋਵੇਗੀ ਪੈਨਲ ਸਾਡੇ ਨਾਲ ਹੈ ਤੇ ਉਹ ਪੈਨਲ ਦਾ ਤਾਰੂਫ ਕਰਾ ਰਿਹਾ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ ਪ੍ਰੋਫੈਸਰ ਪੀ ਐਸ ਪੋਕਲ ਪੋਲੀਟਿਕਲ ਨੈਸਟ ਨੇ ਪ੍ਰੋਫੈਸਰ ਪੋਕਲ ਹਰਾਨੂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਿਆਸਤ ਦਾ ਪਤਾ ਤੇ ਕਾਂਗਰਸ ਦੇ ਕਲਚਰ ਦਾ ਵੀ ਪਤਾ ਹੈ ਇਸ ਕਰਕੇ ਪੋਕਲ ਸਾਹਿਬ ਨੂੰ ਉਸੇ ਸੱਦਿਆ ਪੋਕਲ ਸਾਹਿਬ ਬਹੁਤ ਸਵਾਗਤ ਹੈ ਜੀ ਗੌਰਮਿਤ ਮੰਗੜ ਇਹ ਕਾਂਗਰਸ ਦੇ ਯੂਥ ਲੀਡਰ ਨੇ ਤੇ ਗੌਰਮਿਤ ਮੰਗੜ ਨੂੰ ਪਤਾ ਹੈ ਕਿ ਯੂਥ ਦੀ ਕਿੰਨੀ ਸਵਾਈ ਹੈ ਕਾਂਗਰਸ ਵਿੱਚ ਤੇ ਯੂਥ ਜਿਹੜਾ ਕਾਂਗਰਸ ਨੂੰ ਨਾਰਾਜ਼ ਕਿੰਨਾ ਹੁੰਦਾ ਤੇ ਜਿਹੜੇ 70 ਪਾਰ ਹੋ ਚੁੱਕੀ ਹੈ 60 ਪਾਰ ਹੋ ਚੁੱਕੀ ਹੈ ਉਹਨਾਂ ਦੀ ਕਾਂਗਰਸ ਵਿੱਚ ਹੁਣ ਕੀ ਸੁਣਵਾਈ ਹੈ ਕੀ ਹੈ ਇਹ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਗਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਅਰਸ਼ੀਪ ਸਿੰਘ ਕਲੇਰ ਸ਼੍ਰੋਮਣੀ ਕਾਲਜ ਸਪੋਕਸਪਰਸਨ ਹੈ ਕਲੇਰ ਸਾਹਿਬ ਵੀ ਯੂਥ ਆਕੂ ਹੈ ਤੇ ਵਿਰੋਧੀ ਪਾਰਟੀ ਹੁੰਦੀ ਹੈ ਜਦੋਂ ਕਾਂਗਰਸ ਵਿੱਚ ਕਲੇਸ਼ ਪਿਆ ਹੋਵੇ ਇਹਨਾਂ ਨੂੰ ਮਜ਼ਾ ਆਉਂਦਾ ਤੇ ਇਸ ਨੂੰ ਡਰਾਮਾ ਦੱਸਦੇ ਆ ਕਹਿੰਦੇ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਹੋ ਰਹੀ ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਨੀਲ ਗਰਗਾਮਾ ਦੀ ਪਾਰਟੀ ਸਪੋਕਸਪਰਸਨ ਹੈ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਨਹੀਂ ਚਾਹੀਦਾ ਕਾ ਪੰਜਾਬ ਨੂੰ ਕੰਮ ਕਰਨ ਵਾਲੇ ਆਖੂ ਚਾਹੀਦੇ ਨੇ ਉਸਨੂੰ ਸਿੱਧੂ ਵਰਗੇ ਆਖੂ ਚਾਹੀਦੇ ਆ ਪਰ ਹੁਣ ਸ਼ਾਇਦ ਹੋ ਸਕਦਾ ਨੀਲਕਰ ਘਰਾ ਦੀ ਪਾਰਟੀ ਦੀ ਲਾਈਨ ਚੇਂਜ ਹੋ ਗਈ ਹੋਵੇ ਕਿਉਂਕਿ ਨਯੋਸਨ ਸਿੱਧੂ ਕਾਂਗਰਸ ਛੱਡਦੇ ਮੂਡ ਵਿੱਚ ਅੱਜ ਨਜ਼ਰ ਨਹੀਂ ਆ ਰਹੇ ਨੀਲਕਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਸਰ ਸਭ ਤੋਂ ਪਹਿਲਾ ਸਵਾਲ ਮੰਗੜ ਸਾਹਿਬ ਤੁਹਾਨੂੰ ਕਰਨ ਚਾਹ ਮੰਗੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਯੋਸਨ ਸਿੱਧੂ ਨੂੰ ਅਡਜਸਟ ਕਰਨਾ ਇਹੀ ਮਸਲਾ ਜਾਂ ਮਸਲਾ ਹੈਗਾ ਕੈਪਟਨ ਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਕਾਂਗਰਸ ਹਾਈ ਕਮਾਂਡ ਖੁਸ਼ ਨਹੀਂ ਦੇਖੋ ਜੀ ਹਲੇ ਹਰੇਕ ਪੋਲੀਟੀਕਲ ਪਾਰਟੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ મતਭੇਦ ਹੁੰਦੇ ਆ 노 ਡਾਊਟ ਅਬਾਊਟ ਇਟ ਤੇ ਥੋੜਾ ਜਿਹਾ ਸਾਡੀ ਪਾਰਟੀ ਦੇ ਵਿੱਚ ਵੀ ਚੱਲ ਰਿਹਾ ਹੈ ਤੁਹਾਡੇ ਥੋੜਾ ਨਹੀਂ ਚੱਲ ਰਿਹਾ ਤੁਹਾਡੇ ਜਿਆਦਾ ਚੱਲ ਰਿਹਾ ਰਾਜਸਥਾਨ ਦੀ ਗੱਲ ਕਰ ਲਓ ਮੱਧ ਪ੍ਰਦੇਸ਼ ਦੀ ਗੱਲ ਕਰ ਲਓ ਜਿੱਥੇ ਮਰਜ਼ੀ ਗੱਲ ਕਰ ਲਓ ਯੂਪੀ ਦੇ ਵਿੱਚ ਲੀਡਰ ਤੁਹਾਡੇ ਟੁੱਟਦੇ ਪਏ ਆ ਇਹ ਹੋ ਕੀ ਰਿਹਾ ਕਾਂਗਰਸ ਨੂੰ ਇੰਨੀ ਪੁਰਾਣੀ ਪਾਰਟੀ ਆ ਮਾਨਗਰ ਸਾਹਿਬ ਇਹ ਬਸ ਤੁਹਾਡੇ ਤੋਂ ਲੀਡਰ ਨਹੀਂ ਆ ਰਹੇ ਦੇ ਕੀ ਚੱਕਰ ਕੀਆ ਮੇਰੀ ਮੈਂ ਮੈਂ ਉੱਥੇ ਹੀ ਆ ਰਹੇ ਹਾਂ ਮੇਰੀ ਗੱਲ ਸੁਣੋ ਮੈਂ ਉੱਥੇ ਹੀ ਆ ਰਹੇ ਹਾਂ ਗੱਲ ਇਹ ਹੈ ਵੀ ਜਿੱਡਾ ਵੱਡਾ ਪਰਿਵਾਦ ਹੋਊਗਾ ਉਦੋਂ ਹੀ ਡਿਫਰੈਂਟ opinion ਹੋਣਗੇ ਲੋਕਾਂ ਦੀ رائے ਵੱਖਰੀ ਹੋਊਗੀ ਕਈ ਚੀਜ਼ ਕਈਆਂ ਨੂੰ ਨਹੀਂ ਪਸੰਦ ਹੋਊਗੀ ਪਰ ਜੇ ਦਾ ਇਤਿਹਾਸ ਬੜਾ ਛੋਟਾ ਆ ਜਿਹੜੀ ਕੁਝ ਸਾਲਾਂ ਦੀ ਪਾਰਟੀ ਆ ਉਹਦੇ ਵਿੱਚ ਆਬੀਸਲੀ ਇਤਿਹਾਸ ਮਤਲਬ ਥੋੜਾ ਨਰਾਜ਼ਗੀ ਦੇ ਫੈਕਟਰਸ ਘੱਟ ਹੁੰਦੇ ਆ ਬਟ ਜੇ ਦੇਖਿਆ ਜਾਵੇ ਤੇ ਕੋਈ ਗੱਲ ਨਹੀਂ ਜਿਹੜੇ ਬੰਦੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਹੈਗਾ ਕੋਈ ਵੀ ਬੰਦਾ ਕਿਸੇ ਵੀ ਵਿਚਾਰਧਾਰਾ ਦੇ ਵੱਲ ਡ੍ਰਿਫਟ ਕਰ ਸਕਦਾ ਤੇ ਮੈਨੂੰ ਨਹੀਂ ਲੱਗਦਾ ਵੀ ਜਿੰਨਾ ਇਹਨੂੰ ਹਾਈਪ ਦਿੱਤੀ ਜਾ ਰਹੀ ਹੈ ਕਿ ਕੋਈ ਇੰਨਾ ਵੀ ਸੀਰੀਅਸ ਇਸ਼ੂ ਹੈਗਾ ਬਾਕੀ ਰਹੀ ਹਾਈਪ ਨਹੀਂ ਦੇਣੀ ਚਾਹੀਦੀ ਤੁਹਾਡੀ ਗੱਲ ਠੀਕ ਹੈ ਮੰਗਰ ਸਾਹਿਬ ਆਪ ਸਿੱਧਾ ਸਵਾਲ ਤੇ ਆ ਜੀ ਹੁਣ ਹਾਈਪ ਨਹੀਂ ਦੇਣੀ ਚਾਹੀਦੀ ਆਪ ਸਿੱਧਾ ਸਵਾਲ ਤੇ ਆਉਣੇ ਆ ਪ੍ਰਗਟ ਸਿੰਘ ਦਾ ਬਾਹਰ ਹੋਣਾ ਇਸ ਮੌਕੇ ਇਹ ਇਸ਼ਾਰਾ ਕਰ ਰਿਹਾ ਜਾਂ ਤਾਂ ਕੈਪਟਨ ਰਣ ਸਿੰਘ ਦੇ ਵਿਰੁੱਧ ਸਕੋਰ ਬਹੁਤ ਜ਼ਿਆਦਾ ਹੋ ਗਿਆ ਕਮੇਟੀ ਦੀ ਰਿਪੋਰਟ ਵਿੱਚ ਤੇ ਜਾਂ ਪ੍ਰਗਟ ਸਿੰਘ ਰਾਦੇ ਜਾਂ ਉਹਨਾਂ ਦੇ ਸਾਥੀਆਂ ਦੇ ਸਕੋਰ ਘਟ ਗਿਆ ਇਸ ਲਈ ਪ੍ਰਗਟ ਸਿੰਘ ਬਾਹਰ ਆਇਆ ਦੋ ਹੀ ਚੀਜ਼ਾਂ ਵਿੱਚ ਬੰਦਾ ਬਾਹਰ ਹੁੰਦਾ ਮੰਗਰ ਸਾਹਿਬ ਦੇਖੋ ਜੀ ਪ੍ਰਗਟ ਸਿੰਘ ਹੁਣ ਦਾ ਜੇ ਤੁਸੀਂ ਪਿਛਲੇ 1 ਸਾਲ ਡੇਢ ਸਾਲ ਦਾ ਹੀ ਤੁਸੀਂ ਦੇਖੋ ਟਰੈਕ ਰਿਕਾਰਡ ਹੀ ਹੈਜ਼ ਬੀਨ ਵੈਰੀ ਵੋਕਲ ਤੇ ਮੈਂ ਐਪਰੀਸ਼ੀਏਟ ਵੀ ਕਰਦਾ ਆ ਕਿ ਕੋਈ ਪੋਲੀਟੀਸ਼ਨ ਜਿਹੜਾ ਜਿਹਨੂੰ ਲੱਗਦਾ ਵੀ ਗਰਾਊਂਡ ਤੇ ਸਹੀ ਨਹੀਂ ਹੁੰਦਾ ਉਹ ਆਪਣੀ ਪਾਰਟੀ ਨੂੰ ਵੀ ਸਵਾਲ ਚੁੱਕੇ ਇਹ ਇੱਕ ਬਹੁਤ ਅੱਛੀ ਗੱਲ ਹੈਗੀ ਹੈ ਬਟ ਠੀਕ ਹੈ ਉਹ ਪਹਿਲਾਂ ਵੀ ਵੋਕਲ ਸੀਗੇ ਉਹ ਕੈਪਟਨ ਸਾਹਿਬ ਦੀ ਟੀਮ ਦੇ ਨਾਲ ਪਹਿਲਾਂ ਵੀ ਨਾਰਾਜ਼ ਸੀਗੇ ਕੋਈ ਇਦਾਂ ਦੀ ਗੱਲ ਨਹੀਂ ਇਨਫੈਕਟ ਉਹਨਾਂ ਨੇ ਤੇ ਉਹ ਮਤਲਬ ਉਹਨਾਂ ਦੇ ਉਸਟੀ ਨੂੰ ਥ੍ਰੈਟਨਿੰਗ ਵੀ ਉਹਨਾਂ ਨੂੰ ਥ੍ਰੈਟ ਕੀਤਾ ਸੀ ਉਹ ਵੀ ਉਹਨਾਂ ਨੂੰ ਅਕਿਊਜ਼ ਕੀਤਾ ਸੀਗਾ ਤੇ ਇਹ ਮੈਂ ਸਮਝਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਜਿਹੜੀ ਦੇਖੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਮੁੱਦੇ ਉਠਾਏ ਗਏ ਆ ਜਦੋਂ ਉਸ ਮੁੱਦਿਆਂ ਤੇ ਉਹਨਾਂ ਨੂੰ ਸੈਟੀਸਫੈਕਟਰੀ ਜਵਾਬ ਮਿਲ ਜਾਏਗਾ ਤੇ ਓਬਵੀਅਸਲੀ ਉਹਨਾਂ ਦਾ ਜਿਹੜਾ ਰਵਈਆ ਉਹ ਨਰਮ ਹੋ ਜਾਏਗਾ ਠੀਕ ਹੈ ਤੁਹਾਡੇ ਲਈ ਸਾਰੀਆਂ ਛੋਟੀਆਂ ਗੱਲਾਂ ਕਲियर ਸਾਹਿਬ ਤੁਹਾਡੇ ਲਈ ਵੱਡੀ ਗੱਲ ਕਿਉਂ ਕਾਂਗਰਸ ਕਲੇਸ਼ ਪਿਆ ਹੋਇਆ ਹੈ ਕਾਂਗਰਸ ਕਲੇਸ਼ ਨਿਭੜ ਜੂਗਾ ਤੁਸੀਂ ਕੋ ਕਹਿਆ ਨੇ ਡਰਾਮਾ ਕੁਛ ਕਦੇ ਕੁਛ ਕਹੈ ਨੇ ਕਦੇ ਕੁਛ ਕਹੈ ਨੇ ਕੇਪੀਜੀ ਗੱਲ ਵੱਡੀ ਤਾਂ ਹੈ ਕਿਉਂਕਿ ਸੂਬਾ ਕਿਸ ਹਾਲਾਤ ਚੋਂ ਗੁਜ਼ਰ ਰਿਹਾ ਹੈ ਮਹਾਮਾਰੀ ਦੇ ਦੌਰ ਦੇ ਵਿੱਚ ਜਿੱਥੇ ਲੋਕ ਮਰ ਰਹੇ ਨੇ ਲੋਕਾਂ ਨੂੰ ਫੈਸਿਲਿਟੀ ਚਾਹੀਦੀ ਆਕਸੀਜਨ ਚਾਹੀਦਾ ਬੈੱਡ ਚਾਹੀਦੇ ਹਸਪਤਾਲ ਚਾਹੀਦੇ ਉਥੇ ਇਹਨਾਂ ਦੇ ਲਈ ਕੋਈ ਠੋਸ ਪਾਲਿਸੀ ਨਾ ਲਿਆ ਕੇ ਅੰਦਰ ਕੁਰਸੀ ਦੀ ਲੜਾਈ ਲੜਨੀ ਔਰ ਲੋਕਾਂ ਨੂੰ ਮਰਨ ਲਈ ਛੱਡ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਵਿਸ਼ਾ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਨਸ਼ਾ ਮੁਕਤ ਪੰਜਾਬ ਦੀ ਸੌਖਾਣ ਵਾਲੇ ਮੁੱਖ ਮੰਤਰੀ ਅੱਜ ਉਹਨਾਂ ਦੀ ਪਾਰਟੀ ਦਾ ਆਪਣਾ ਵਿਧਾਇਕ ਕਹਿ ਰਿਹਾ ਕਿ ਉਹਨਾਂ ਦੇ ਇੱਕ OSD ਦੇ ਨਸ਼ੇ ਤਸਕਰਾਂ ਦੇ ਨਾਲ ਸਬੰਧ ਨਹੀਂ ਉਹਨਾਂ ਦੀ ਪ੍ਰਾਪਰਟੀਆਂ ਸਾਂਝੀਆਂ ਨੇ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਜਿਹੜੇ ਬੰਦੇ ਅੱਜ ਸਰਕਾਰ ਦੇ ਵਿੱਚ 4.5 ਸਾਲ ਦੇ ਬਾਅਦ ਬੋਲ ਰਹੇ ਨੇ ਉਹਨਾਂ ਦਾ ਆਪਣਾ ਕੀ ਰਿਪੋਰਟ ਕਾਰਡ ਹੈ ਲੋਕਾਂ ਲਈ ਉਹਨਾਂ ਨੇ ਕੀ ਕੀਤਾ ਇਸ ਮਹਾਮਾਰੀ ਦੇ ਵਿੱਚ ਕੀ ਕੀਤਾ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ ਗੱਲ ਇਹ ਕਿ ਸਾਰੀ ਸਿਆਸਤ ਕਰਨੀ ਸਿਰਫ ਸਿਆਸਤ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਰੱਖਣਾ ਔਰ ਸੂਬੇ ਦੇ ਜਿਹੜੇ ਅਸਲ ਮੁੱਦੇ ਨੇ ਅੱਜ ਵੈਕਸੀਨ ਤੁਹਾਡੇ ਕੋਲ ਹੈ ਨਹੀਂ ਚੀਫ ਸੈਕਟਰੀ ਪੰਜਾਬ ਦੀ ਆਪਣੇ ਟਵਿੱਟਰ ਅਕਾਊਂਟ ਤੇ ਐਡਵਰਟਾਈਜ਼ਮੈਂਟ ਕਰ ਰਹੀ ਹੈ ਪ੍ਰਾਈਵੇਟ ਹਸਪਤਾਲਾਂ ਦੀ ਉਹ ਕਹਿੰਦੇ ਨੇ ਕਿ ਜਾ ਕੇ ਉੱਥੋਂ 1240 ਰੁਪਏ ਦੇ ਵਿੱਚ 1500 ਦੇ ਵਿੱਚ ਵੈਕਸੀਨ ਲਵਾ ਲਓ ਇਹ ਆਪਣੇ ਆਪ ਦੇ ਵਿੱਚ ਗੰਭੀਰ ਵਿਸ਼ਾ ਹੈ ਸੋ ਇਹ ਸਾਰੇ ਵਿਸ਼ੇ ਗੰਭੀਰ ਨੇ ਕਾਂਗਰਸ ਸਿਰਫ ਆਪਣੀ ਲੜਾਈ ਦੇ ਵਿੱਚ ਉਲਝਾ ਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਚ ਚਲੋ ਕਾਂਗਰਸੀਆਂ ਨਾਕਾਮੀਆਂ ਜਿਹੜੀਆਂ ਕੇਂਦਰ ਦੀਆਂ ਨਾਕਾਮੀਆਂ ਸ਼੍ਰੋਮਣੀ ਅਕਾਲੀ ਦਲ ਉੱਥੇ ਕੋ ਚੁੱਪ ਕਰ ਜਾਂਦਾ ਹਮੇਸ਼ਾ ਵਾਸ ਚੱਕਦੇ ਆ ਜੀ ਜੋ ਕੇਂਦਰ ਦਾ ਪੰਜਾਬ ਦੇ ਨਾਲ ਵਿਤਕਰਾ ਉਹਦੇ ਲਈ ਵੀ ਸਵਾਲ ਚੱਕਦੇ ਆ ਪਰ ਗੱਲ ਕੀ ਹੈ ਕਿ ਅੱਜ ਸੱਤਾ ਦੇ ਵਿੱਚ ਕਾਂਗਰਸ ਹੈ ਇਹਨੂੰ ਅੱਗੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਖਿਲਾਫ ਹਰ ਪਲੇਟਫਾਰਮ ਤੇ ਇਹਨਾਂ ਦੇ ਨਾਲ ਜਾਣ ਨੂੰ ਤਿਆਰ ਹੈ ਫਿਰ ਚਾਹੇ ਆਰਡੀਐਫ ਦਾ ਮਸਲਾ ਹੋਵੇ ਚਾਹੇ ਵੈਕਸੀਨ ਦੀ ਵੰਡ ਦੇ ਵਿੱਚ ਕਾਣੀ ਵੰਡ ਦਾ ਮਸਲਾ ਹੋਵੇ ਹਮੇਸ਼ਾ ਅਕਰ ਜਿੱਥੇ ਸੂਬੇ ਦੀ ਭਲਾਈ ਦਾ ਕੰਮ ਹੈ ਉੱਥੇ ਸ਼ਰਮ ਨਹੀਂ ਕਰੀਦਾ ਕਦੇ ਪਿੱਛੇ ਨਹੀਂ ਹਟੂਗਾ ਪ੍ਰਗਟ ਸਿੰਘ ਨੇ ਇਲਜ਼ਾਮ ਲਾਇਆ ਤੁਸੀਂ ਇਤਫਾਕ ਰੱਖਦੇ ਹੋ ਨਾ ਮੈਂ ਇਹ ਗੱਲ ਕਹਿ ਰਿਹਾ ਜੀ ਕਿ ਇਹਨਾਂ ਦੀ ਪਾਰਟੀ ਦਾ ਇੱਕ ਸਿਟਿੰਗ ਐਮਐਲਏ ਨੇ ਤੇ ਇਲਜ਼ਾਮ ਲਗਾ ਰਿਹਾ ਔਰ ਇੰਨੇ ਕਬੀਰ ਇਲਜ਼ਾਮ ਇਹਨਾਂ ਦੇ ਓਐਸਡੀਆਂ ਦੇ ਉੱਤੇ ਲਗਾ ਰਿਹਾ ਤਾਂ ਉਹਦੇ ਬਾਰੇ ਤਾਂ ਪਹਿਲਾਂ ਸਪੱਸ਼ਟ ਕਰਨ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਉਮਰਾਨ ਅਗਲਵਾਰ aí ਬੋਲਦੇ ਪਏ ਤੁਸੀਂ ਇਤਫਾਕ ਰੱਖਦੇ ਹੋ ਮੈਂ ਇਹ ਗੱਲ ਕਹਿ ਰਿਹਾ ਜੀ ਕਿ ਜਿਸ ਜੋ ਜੋ ਨੇ ਇਲਜ਼ਾਮ ਲਗਾਏ ਨੇ ਇਹ ਅਜੇ ਸਿਟਿੰਗ ਐਮਐਲਏ ਨੇ ਮੁੱਖ ਮੰਤਰੀ ਸਪੱਸ਼ਟ ਕਰਨ ਉਮਰਾਨ ਅ ਪਰਗਟ ਸਿੰਘ ਦੇ ਕਹਿਣ ਮੁਤਾਬਕ ਸਰਕਾਰਾਂ ਨੂੰ ਵਿਚੋਰੀਆਂ ਰਗ ਰਹਿਜਾ ਕੁਝ ਕੰਮ ਹੋ ਰਿਹਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਮੰਦ ਭਾਗੀ ਉਸ ਤੋਂ ਪਹਿਲਾਂ ਅਕਾਲੀ ਕਣ ਬਚਾਇਆ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਕਿਸੇ ਐਸੇ ਅਫਸਰ ਨੂੰ ਨਹੀਂ ਬਚਾਇਆ ਜਿਹਦੇ ਉੱਤੇ ਕੋਈ ਐਸੇ ਗੰਭੀਰ ਇਲਜ਼ਾਮ ਹੋਣ ਸੋ ਸ਼੍ਰੋਮਣੀ ਅਕਾਲੀ ਦਲ ਆਪਣੀ ਜੋ 10 ਸਾਲ ਦੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੇ ਵਿੱਚ ਰੱਖੀ 2012 ਚ ਸਰਕਾਰ ਵੀ ਦੁਬਾਰਾ ਬਣਾਈ 17 ਦੇ ਵਿੱਚ ਲੋਕਾਂ ਨੂੰ ਨਹੀਂ ਰਿਪੋਰਟ ਕਾਰਡ ਪਸੰਦ ਆਇਆ ਅਸੀਂ ਅੱਜ ਬਾਹਰ ਬੈਠੇ ਹਾਂ ਜਵਾਬ ਦੇ ਅੱਜ ਕਾਂਗਰਸ ਦੀ ਹੈ ਠੀਕ ਹੈ ਮੰਗੜ ਸਾਹਿਬ ਇੱਕ ਮਿੰਟ ਆ ਰਿਹਾ ਨੀਲ ਗਰਗ ਪਰਗਤ ਸਿੰਘ ਦੇ ਇਲਜ਼ਾਮਾਂ ਦੇ ਨਾਲ ਆਮ ਆਦੀ ਪਾਰਟੀ ਇਤਫਾਕ ਰੱਖਦੀ ਹੈ ਕਿਉਂਕਿ ਪ੍ਰਗਤ ਸਿੰਘ ਤੇ ਨਿਰੋਸਨ ਸਿੱਧੂ ਦੀ ਆਮ ਆਦੀ ਪਾਰਟੀ ਪਹਿਲਾਂ ਬਹੁਤ ਤਾਰੀਫ਼ ਕਰਦੀ ਰਹੀ ਹੈ। ਅ ਦੇਖੋ ਕੇ ਵੀ ਜੀ ਇਹ ਗੱਲਾਂ ਅਸੀਂ ਲੰਬੇ ਅਰਸੇ ਤੋਂ ਕਹਿੰਦੇ ਆ ਰਹੇ ਜਿਹੜੀਆਂ ਗੱਲਾਂ ਅੱਜ ਪ੍ਰਗਤ ਸਿੰਘ ਨੇ ਆਖੀਆਂ ਨੇ ਪਰ ਜੇ ਇਹੀ ਗੱਲਾਂ ਅਸੀਂ ਕਹਿੰਦੇ ਤਾਂ ਮੰਗੜ ਸਾਹਿਬ ਨੇ ਇਹ ਕਹਿਣਾ ਸੀ ਕਿ ਅਸੀਂ ਸਿਆਸਤ ਕਰ ਰਹੇ ਹਾਂ। ਹੁਣ ਜਦੋਂ ਇਹਨਾਂ ਦਾ ਆਪਣਾ ਇੱਕ ਸਿਟਿੰਗ ਐਮਐਲਏ ਇਹ ਗੱਲਾਂ ਕਹਿ ਰਿਹਾ ਤਾਂ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਸਪਸ਼ਟ ਕਰਨ ਜਿਹੜਾ ਉਹ ਦੇਣਾ ਚਾਹੀਦਾ ਹੈਗਾ ਕਿਉਂਕਿ ਇਹ ਕੋਈ ਵਿਰੋਧੀ ਧਿਰ ਨਹੀਂ ਕਹਿ ਰਹੀ ਇਹਨਾਂ ਦਾ ਇੱਕ ਆਪਣਾ ਨੋਨ ਫੇਸ ਜਿਹੜਾ ਸਾਬਕਾ ਹਾਕੀ ਦਾ ਕਪਤਾਨ ਹੈ ਉਹ ਇਦਾਂ ਦੇ ਮੁੱਦੇ ਉਠਾ ਰਿਹਾ ਹੈ ਔਰ ਬਲਕਿ ਸਾਨੂੰ ਤਾਂ ਗਿਲਾ ਇਸ ਚੀਜ਼ ਦਾ ਹੈਗਾ ਜਿਹੜੇ ਮੁੱਦੇ ਅੱਜ ਪ੍ਰਗਟ ਸਿੰਘ ਉਠਾ ਰਿਹਾ ਜਾਂ ਇਹਨਾਂ ਦੇ ਕੁਝ ਐਮਐਲਏ ਉਠਾ ਰਹੇ ਨੇ ਪਿਛਲੇ 4.5 ਸਾਲ ਤੋਂ ਅਸੀਂ ਤਾਂ ਲਗਾਤਾਰ ਵਿਧਾਨ ਸਭਾ ਦੇ ਵਿੱਚ ਇਹ ਮੁੱਦੇ ਜਿਹੜੇ ਲਗਾਤਾਰ ਉਠਾਉਂਦੇ ਰਹੇ ਆ ਇਹਨਾਂ ਵਿਧਾਇਕਾਂ ਨੇ ਜਾਂ ਇਹਨਾਂ ਮੰਤਰੀਆਂ ਨੇ ਕਦੇ ਉਦੋਂ ਆਵਾਦੀ ਪਾਰਟੀ ਦਾ ਸਾਥ ਨਹੀਂ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਸ ਦੇ ਤੋਂ ਬਿਲਕੁਲ ਸਪਸ਼ਟ ਕਰਨ ਦੇਣਾ ਚਾਹੀਦਾ ਔਰ ਜਿੱਥੋਂ ਤੱਕ ਗੱਲ ਉਮਰਾ ਨੰਗਲ ਦੀ ਹੈਗੀ ਤੁਸੀਂ ਕਲੇਰ ਸਾਹਿਬ ਨੂੰ ਪੁੱਛਿਆ ਇਹ ਮੁੱਦਾ ਬਹੁਤ ਗੁਬੀਰਿਆ ਮੁੱਦਾ ਐਸੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਬਚਾਉ ਉਹਨਾਂ ਨੂੰ ਕੌਣ ਰਿਹਾ ਕਿਉਂ ਬਚਾਰਿਆ ਹੈਗਾ ਕੌਣ ਬਚਾਰਿਆ ਨੀਲਗਰ ਸਾਹਿਬ ਕੌਣ ਬਚਾਰਿਆ ਕੌਣ ਬਚਾਰਿਆ ਨੀਲਗਰ ਜਿੱਦਾਂ ਪਰ ਜਿੱਦਾਂ ਪ੍ਰਗਟ ਸਿੰਘ ਨੇ ਬਿਲਕੁਲ ਸਪਸ਼ਟ ਆਖਿਆ ਕੇਸ ਨੂੰ ਮੁੱਖ ਮੰਤਰੀ ਸਾਹਿਬ ਵਿਚਾਰੇ ਨੇ ਇਹ ਸਰਕਾਰ ਵਿਚਾਰੀ ਹੈ ਉਹ ਕਿਉਂ ਵਿਚਾਰੀ ਹੈ ਉਹਦੀ ਜਿਹੜੀਆਂ ਸੂਈਆਂ ਕਿੱਥੇ ਜਾ ਕੇ ਜੁੜਦੀਆਂ ਨੇ ਇਹ ਸਾਰਾ ਕੁਝ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਵੀ ਆਉਂਦਾ ਹੈ ਬਾਕੀ ਕਮਿਸ਼ਨਾਂ ਦੇ ਵਿੱਚ ਵੀ ਆਉਂਦਾ ਹੈ ਇਹ ਮੈਨੂੰ ਇਸ ਬਾਰੇ ਕਹਿਣ ਦੀ ਕੀ ਲੋੜ ਹੈ ਸਾਰੀ ਦੁਨੀਆ ਨੂੰ ਪਤਾ ਚਾਹੀਦਾ ਨਹੀਂ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਕੈਪਟਨ ਰਣ ਸਿੰਘ ਤੇ ਬਾਦਲ ਬਾਦਲ ਪਰਿਵਾਰ ਫ੍ਰੈਂਡਲੀ ਮੈਚ ਖੇਡਦੇ ਆ ਇਹ ਇਸ ਮਾਮਲੇ ਵਿੱਚ ਹੀ ਫ੍ਰੈਂਡਲੀ ਮੈਚ ਲੱਗਦਾ ਤੁਹਾਨੂੰ ਜਿੱਦ ਤੋਂ ਸਰ ਬਿਲਕੁਲ ਅਦਰਵਾਈਜ਼ ਪੰਜਾਬੀ ਹੋਵੇ ਉਹਨੇ ਗੁਟਕਾ ਸਾਭ ਵੀ ਸੋਹ ਖਾਦੀ ਹੋਵੇ ਔਰ ਚੋਨਾ ਤੋਂ ਪਹਿਲਾਂ ਇਹ ਕਹਿੰਦਾ ਹੋਵੇ ਕਿ ਮੈਨੂੰ ਪਤਾ ਬੇਅਦਵੀ ਕਿਸਨੇ ਕਰਾਈ ਆ ਮੈਂ ਫੜ ਕੇ ਅੰਦਰ ਸੁੱਟ ਦਿਆਂਗਾ ਅੱਜ ਸਾਢੇ 4 ਸਾਲ ਹੋ ਗਏ ਔਰ ਜੇ ਨਹੀਂ ਕਿ ਉਹਨੇ ਢੱਕਾ ਤੋੜ ਕੇ ਦੂਰੋਂ ਨਾ ਕੀਤਾ ਹੋਵੇ ਔਰ ਗੁਰੂ ਗ੍ਰੰਥ ਗੁਟਕਾ ਸਾਭ ਤੋਂ ਵੀ ਮੁੱਖ ਮੁੜ ਜਾਵੇ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈਗਾ ਇਸ ਮਿਲੀ ਭਗਤ ਦਾ ਠੀਕ ਹੈ ਮਿਸਟਰ ਮੰਗਟ ਹਜੇ ਮਿਲੀ ਭਗਤ ਵਾਲਾ ਬੈਚ ਹੈ ਸਰ ਤੁਸੀਂ ਹਰ ਗੱਲ ਨੂੰ ਕਹਿੰਦੇ ਹੋ ਛੋਟੀ ਗੱਲ ਹੈ ਕੋਈ ਗੱਲ ਨਹੀਂ ਪਰਿਵਾਰ ਚ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਦੇਖੋ ਪਹਿਲਾਂ ਤੇ ਮੈਂ ਕਲੇਰ ਸਾਹਿਬ ਦੀ ਗੱਲ ਤੇ ਉੱਤੇ ਆਉਣਾ ਚਾਹੁੰਦਾ ਮੇਰੇ ਮੇਰੇ ਬਹੁਤ ਭਰਾ ਨੇ ਕਲੇਰ ਸਾਹਿਬ ਕਲੇਰ ਸਾਹਿਬ ਦੀ ਥੋੜੀ ਜੀ ਨਾ ਇਹਨਾਂ ਨੂੰ ਵਕੀਲ ਨੇ ਹਾਈ ਕੋਰਟ ਦੇ ਬੜੇ ਸਿਆਣੇ ਕਲੇਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਉਹਨਾਂ ਨੇ ਮੁੱਦੇ ਕੀ ਉਠਾਏ ਪ੍ਰਗਟ ਸਿੰਘ ਉਹਨਾਂ ਨੇ ਤੁਸੀਂ ਇੱਕ ਬੜਾ ਪੁਆਇੰਟ ਉਠਾਇਆ ਵੀ ਫੋਟੋਗ੍ਰਾਫਸ ਫੋਟੋਗ੍ਰਾਫਸ ਤੇ ਘੁੰਮ ਫਿਰ ਕੇ ਮਾਰਾ ਜੀ ਤੁਹਾਡੀ ਅਕਾਲੀ ਦਲ ਦੀ ਲੀਡਰਸ਼ਿਪ ਵੱਲ ਵੀ ਜਾਂਦੀਆਂ ਫੋਟੋਆਂ ਦੇ ਉਹਦੇ ਤੇ ਨਾ ਜਾਓ ਜੇ ਐਸਟੀਐਫ ਨੇ ਇੱਕ ਉਸੇ ਜਿਹੜੇ ਲਿੰਕਸ ਦੀ ਗੱਲ ਕਰਦੇ ਹੋ ਨਾ ਉਹ ਸੁਣੀ ਨਹੀਂ ਮੈਂ ਫੋਟੋ ਦੀ ਫੋਟੋ ਦੀ ਗੱਲ ਨਹੀਂ ਕਰ ਰਹੇ ਇਹ ਤਾਂ ਇਹ ਤਾਂ ਇਹ ਤਾਂ ਕਹਿ ਰਿਹਾ ਸੋਹ ਜਿਹੜੀ ਚੁੱਕੀ ਸੀ ਨਸ਼ਾ ਮੁਕਤ ਪੰਜਾਬ ਦੀ ਫੋਟੋ ਨਾਲ ਆਪੇ ਜੁੜ ਜਾਂਦੀ ਬਾਅਦ ਜਾ ਕੇ ਨਹੀਂ 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 ਮੈਂ ਓਐਸਡੀ ਵਾਲੀ ਦੀ ਗੱਲ ਕਰ ਰਿਹਾ ਨਾ ਜੀ ਹਾਂ ਹੁਣ ਗੱਲ ਇਹ ਹੈ ਵੀ ਉਹ ਉਹਦੇ ਤੇ ਚੰਗੀ ਤਰ੍ਹਾਂ ਐਸਟੀਐਫ ਇਨਕੁਆਇਰੀ ਕਰ ਰਹੀ ਹੈ ਤੇ ਸੀਐਮ ਸਾਹਿਬ ਨੇ ਉਦੋਂ ਵੀ ਆਖਿਆ ਸੀਗਾ ਵੀ ਜੇ ਮੇਰੇ ਘਰ ਨਾਲ ਕੋਈ ਮੰਗਤ ਸਾਹਿਬ ਮੈਂ ਐਡ ਕਰਦੇ ਆ ਤੁਸੀਂ ਆਪਣੀ ਗੱਲ ਕਹਿ ਦਿਓ ਮੈਂ ਇਹ ਨਹੀਂ ਕਿਹਾ ਫੋਟੋਆਂ ਨੇ ਪ੍ਰਗਟ ਸਿੰਘ ਕਹਿੰਦੇ ਪ੍ਰਾਪਰਟੀਆਂ ਸਾਂਝੀਆਂ ਨੇ ਪ੍ਰਾਪਰਟੀਆਂ ਦੀ ਗੱਲ ਹੋ ਰਹੀ ਹੈ ਫੋਟੋ ਦੀ ਗੱਲ ਨਹੀਂ ਹੋ ਰਹੀ ਜੀ ਪ੍ਰਗਟ ਸਿੰਘ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ ਤੁਹਾਡਾ ਐਮਐਲ ਨੇ ਕਹਿ ਰਿਹਾ ਕਿ ਤੁਹਾਡੇ ਮੁੱਖ ਮੰਤਰੀ ਦੇ ਹੋਸਟੀਆਂ ਉਸ ਸਮਗਮ ਦੇ ਨਾਲ ਪ੍ਰਾਪਰਟੀਆਂ ਸਾਂਝੀਆਂ ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਬ੍ਰੇਕ ਲੈ ਲਵਾਂ ਐਸੇ ਮੁੱਦੇ ਤੇ ਵਾਪਸ ਆਏ ਐਸੇ ਮੁੱਦੇ ਤੇ ਵਾਪਸ ਆਏ ਇੱਕ ਛੋਟਾ ਬ੍ਰੇਕ ਲੈ ਲਾ ਤੋ ਮੈਨੂੰ ਬ੍ਰੇਕ ਲਾ ਕੇ ਵਾਪਸ ਆਵਾਂਗੇ ਪੋਸਟਰ ਪੋਲਿਟਿਕਸ ਵੀ ਹੋ ਰਹੀ ਹੈ ਇਸ ਪੋਸਟਰ ਪੋਲਿਟਿਕਸ ਦੇ ਵਿਚਾਲੇ ਸਿੱਧੂ ਸਾਹਿਬ ਆ ਜਿਹੜੇ ਹਾਈ ਕਮਾਂਡ ਦੀਆਂ ਤਸਵੀਰਾਂ ਦਿਖਾ ਰਹੇ ਉਹਨਾਂ ਦੇ ਸਮਰਥਕ ਤੇ ਕੈਪਟਨ ਮਨ ਸਿੰਘ ਦੀਆਂ ਜਿਹੜੇ ਪੋਸਟਰ ਆ ਉਹਦੇ ਵਿੱਚ ਕਹਿ ਰਿਹਾ ਕਿ ਕੈਪਟਨ ਇੱਕ ਹੀ ਹੁੰਦਾ ਇਹ ਕਿਉਂ ਕਹਿਣਾ ਪੈ ਰਿਹਾ ਕੈਪਟਨ ਇੱਕ ਹੀ ਹੁੰਦਾ ਵਾਪਸ ਆ ਰਹੇ ਇੱਕ ਵੇ ਫੇਰ ਤੁਹਾਡਾ ਸਵਾਦ ਕਰਦੇ ਹਾਂ ਕਲੇਸ਼ ਦੀ ਰਿਪੋਰਟ ਪੇਸ਼ ਤੇ ਪ੍ਰਗਟ ਸਿੰਘ ਨੇ ਫਸਾਇਆ ਕਿਹੜਾ ਪੇਚ ਅਸੀਂ ਬੜਾ ਸੌਰੀ ਕੋਲ ਪੁੱਛ ਰਹੇ ਹਾਂ ਕਾਂਗਰਸ ਕਲੇਸ਼ ਦੀ ਰਿਪੋਰਟ ਹਾਈ ਕਮਾਂਡ ਅੱਗੇ ਪੇਸ਼ ਹੁੰਦੇ ਹੀ ਪ੍ਰਗਟ ਸਿੰਘ ਮੈਦਾਨ 'ਚ ਕਿਉਂ ਆ ਗਏ ਇਹ ਟਾਈਮਿੰਗ ਦਾ ਸਵਾਲ ਆ ਸਾਰਾ ਤੇ ਇਸੇ ਟਾਈਮਿੰਗ ਤੇ ਹੀ ਸਵਾਲ ਕਰ ਰਹੇ ਹਾਂ ਹਾ ਮਿਸਟਰ ਮੰਗਰ ਕੀ ਕਹਿਣਾ ਚਾਹ ਰਹੇ ਹੋ ਮੈਂ ਇਹ ਕਹਿ ਰਿਹਾ ਸੀਗਾ ਕਲੇਰ ਸਾਹਿਬ ਨੂੰ ਕਿ ਜੇ ਪ੍ਰਗਟ ਸਾਹਿਬ ਕੋਲ ਜਾਂ ਇਹਨਾਂ ਦੇ ਕਿਸੇ ਸੋਰਸ ਕੋਲ ਕੋਈ ਸੂਚੀ ਹੈਗੀ ਆ ਪ੍ਰੋਪਰਟੀ ਸਾਂਝੀਆਂ ਦੀ ਉਹਨੂੰ ਜਨਤਨਕ ਕਰ ਦਿਓ ਤੇ ਸਰ ਤੁਸੀਂ ਪੁੱਛਣਾ ਪ੍ਰਗਟ ਸਿੰਘ ਨੂੰ ਮਿਸਟਰ ਕਲੀਅਰ ਕੋ ਪੁੱਛਣਗੇ ਕਾਲੇ ਜਲ ਕੋ ਪੁੱਛੋ ਆਮ ਆਦੀ ਪਾਰਟੀ ਕੋ ਪੁੱਛੋ ਤੁਸੀਂ ਸਰਕਾਰ ਤੁਸੀਂ ਚਲਾ ਰਹੇ ਹੋ ਕਿ ਇਹ ਚਲਾ ਰਿਹਾ ਸਰ ਸਵਾਲ ਤਾਂ ਇਹੀ ਹੈ ਵੀ ਸਰਕਾਰ ਚਲਾ ਕੋਣ ਰਿਹਾ ਇਹ ਸਵਾਲ ਵੀ ਆਇਆ ਪ੍ਰਗਟ ਸਿੰਘ ਦੀ ਪ੍ਰੈਸ ਕਾਨਫਰੰਸ ਵਿੱਚ ਆ ਰਹੇ ਮਿਸਟਰ ਕਰ ਕਰ ਰਹੇ ਜੀ ਮੇਰੀ ਗੱਲ ਸੁਣੋ ਮੈਂ ਵੀ ਉਹੀ ਕਹਿ ਰਿਹਾ ਹਾਂ ਨਾ ਮੈਂ ਆਪਣੇ ਓਪਨਿੰਗ ਰਿਮਾਰਕ ਚ ਇਹੀ ਕਹਤਾ ਸੀਗਾ ਕਿ ਉਹਨਾਂ ਨੇ ਹੁਣੀ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੂੰ ਪਾਰਟੀ ਬੁਲਾ ਕੇ ਪੁੱਛੂਗੀ ਬਈ ਜੇ ਤੁਹਾਡੇ ਕੋਲ ਕੋਈ ਸਰ ਪਾਰਟੀ ਕੋਲ ਤਾਂ ਪੇਸ਼ ਹੋ ਗਿਆ ਨਾ ਉਹ ਪਾਰਟੀ ਨੂੰ ਸਾਰਾ ਕੁਝ ਦੱਸਿਆ ਹੈ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈ ਉਹਨਾਂ ਦੇ ਕੋਲ ਜਨਤਨਿਕ ਕਰ ਦੇਵੇ ਠੀਕ ਹਾਂ ਮਿਸਟਰ ਕਰ ਮਿਸਟਰ ਕਰ ਠੀਕ 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 ਆ ਸਰ ਮਾਗਰ ਸਾਹਿਬ ਆਉਂਗਾ ਵਾਪਸ ਆਉਂਗਾ ਵਾਪਸ ਆਉਂਗਾ ਪਲੀਜ਼ ਪਲੀਜ਼ ਹਾਂ ਮਿਸਟਰ ਕਰ ਅ ਕਾ ਕੇ ਵੀ ਗੱਲ ਇਹ ਹੈਗੀ ਹੈ ਸਵਾਲ ਤੇ ਅਜੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਹੁੰਦੇ ਹੋਏ ਕੈਪਟਨ ਸਾਹਿਬ ਆਪਣੀ ਤਿੰਨ ਮੈਂਬਰੀ ਕਮੇਟੀ ਨੂੰ ਕਪਲਿਆਂ ਦੀ ਫਾਈਲ ਦੇ ਕੇ ਆਉਂਦੇ ਕਿ ਮੇਰੇ ਕਿਹੜੇ ਕਿਹੜੇ ਐਮਐਲਏ ਕਿਹੜੇ ਕਿਹੜੇ ਮੰਤਰੀ ਜਿਹੜੇ ਹੈਗੇ ਆ ਉਹ ਸ਼ਾਮਲ ਨੇ ਆ ਅੱਡ ਅੱਡ ਜਨ ਕੇ ਮਾਫੀਆ ਦੇ ਵਿੱਚ ਜਾਂ ਕਰਪਸ਼ਨ ਦੇ ਵਿੱਚ ਕਿ ਉਹ ਮੁੱਖ ਮੰਤਰੀ ਨੇ ਕਾਰਵਾਈ ਉਹਨਾਂ ਨੇ ਕਰਨੀ ਹੈ ਨਾ ਕਿ ਕਾਂਗਰਸ ਨੇ ਕਰਨੀ ਹੈ ਉਦੋਂ ਕੀ ਕਰ ਰਹੇ ਸੀ ਉਹ ਠੀਕ ਠੀਕ ਇਹ ਨਹੀਂ ਇੰਪੋਰਟੈਂਟ ਸਵਾਲ ਆ ਤੁਹਾਡਾ ਭੋਗਲ ਸਾਹਿਬ ਭੋਗਲ ਸਾਹਿਬ ਹੁਣ ਹੁਣ ਮਸਲਾ ਇਹ ਹੈਗਾ ਕਿ ਇਹ ਪੋਲਿਟਿਕਸ ਤਾਂ ਹੋਊਗੀ ਸਰ ਇਸ ਪੋਲਿਟਿਕਸ ਦੇ ਵਿਚਾਲੇ ਸਵਾਲ ਇਹ ਹੈ ਕੈਪਟਨ ਰਣ ਸਿੰਘ ਤੇ ਨਿਵੇਸ਼ ਸਿੰਘ ਸਿੱਧੂ ਲੜਾਈ ਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਕਿੰਨੇ ਐਮ ਐਲ ਏ ਆ ਜਿਹੜੇ ਕਿੰਦੇ ਵਿੱਚ ਲੁਕਤ ਹੈਗੇ ਉਹਨਾਂ ਦੀ ਰਿਪੋਰਟ ਕੈਪਟਨ ਰਣ ਸਿੰਘ ਉੱਤੇ ਦੇ ਆਏ ਆ ਜਾਂ ਇਹ ਤੇ ਵਿਜੀਲੈਂਸ ਇਨਕੁਆਰੀਆਂ ਖੋਲ ਦਿੱਤੀਆਂ ਗਈਆਂ ਸੀਗੀਆਂ ਸਵਾਲ ਸਰ ਸਾਰਾ ਕੁਰਸੀ ਤੇ ਆ ਕੇ ਰੁਕਦਾ ਭੋਗਲ ਸਾਹਿਬ ਇਹ ਸਵਾਲ ਇਹ ਰੁਕਦਾ ਆ ਕਿ ਨਵਜੋਸ਼ ਸਿੱਧੂ ਨੂੰ ਕੀ ਕੈਂਪੇਨ ਕਮੇਟੀ ਦਾ ਇੰਚਾਰਜ ਬਣਾ ਦਿੱਤਾ ਜਾਵੇ 2022 ਲਈ ਤਾਂ ਮਸਲਾ ਹੱਲ ਹੁੰਦਾ ਜੇ ਡਿਪਟੀ ਚੀਫ ਮਿਨਿਸਟਰ ਬਣਾਉਂਦੇ ਆ ਤਾਂ ਸਿਰਫ ਤਖਤੀ ਐ ਸਰ ਤਖਤੀ ਲੱਗ ਜੂਗੀ ਗੱਲ ਖਤਮ ਇਸ ਤੋਂ ਇਲਾਵਾ ਸਿੱਧੂ ਸਾਹਿਬ ਕੋਲ ਕੋਈ ਪਾਵਰ ਨਹੀਂ ਹੋਊਗੀ ਤੇ ਕੈਪਟਨ ਰਣ ਸਿੰਘ ਦੇ ਅਧੀਨ ਕੰਮ ਕਰਨਾ ਪਊਗਾ ਸਵਾਲ ਇਹ ਬੜੇ ਮਹੱਤਵਪੂਰਨ ਆ ਬਗਲ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਕਿ ਬੇਸਿਕਲੀ ਜਿਹੜੀ 3 ਮੈਂਬਰੀ ਕਮੇਟੀ ਹੈ ਉਹਨਾਂ ਦਾ ਵੀ ਜਿਹੜੀ ਸਾਰੀ ਕਾਇਦ ਇਹੀ ਸੀਗੀ ਕਿ ਜਿਹੜੀ ਕਾਂਗਰਸ ਦੇ ਵਿੱਚ ਡਿਸਾਈਡੈਂਸ ਦੀਆਂ ਵਾਇਸਸ ਉੱਠ ਰਹੀਆਂ ਜਿਹੜੇ ਜਿਹੜੇ ਵਿਰੋਧ ਦੇ ਸਵਰ ਉੱਠ ਰਹੇ ਹੈ ਉਹਨਾਂ ਨੂੰ ਕਿਸੇ ਤਰੀਕੇ ਨਾਲ ਮੈਨੇਜ ਕੀਤਾ ਜਾਏ ਔਰ ਉਹਨਾਂ ਨੇ ਮੌਕਾ ਦਿੱਤਾ ਐਮ ਐਲ ਏਜ਼ ਨੂੰ ਮਿਨਿਸਟਰਜ਼ ਨੂੰ ਕਿ ਉਹ ਆ ਕੇ 1 1-1 ਮਿਲਨ ਤਾਂ ਕਿ ਜਿਹੜੀ ਹੈ ਉਹ ਖੁੱਲ ਕੇ ਗੱਲ ਕੀਤੀ ਜਾ ਸਕੇ ਲੇਕਿਨ ਉਹ ਕਮੇਟੀ ਦਾ ਜਿਹੜਾ ਜੋ ਕਰਨਾ ਚਾਹੁੰਦੀ ਸੀ ਸ਼ਾਇਦ ਉਸ ਚ ਕਾਮਯਾਬ ਨਹੀਂ ਹੋਈ ਬਲਕਿ ਜ਼ਿਆਦਾ ਫਰੰਟ ਖੁੱਲ ਗਏ ਮੈਂਬਰਸ ਨੇ ਖੁੱਲ ਕੇ ਆਪਣੀ ਜਿਹੜੀ opinion ਉੱਥੇ ਦਿੱਤੀ ਹੈ ਜੋ ਮੈਨੂੰ ਖਲਾ ਮਿਲਦੀ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੇ ਹੈ ਜਿਹੜੇ ਵਿਰੋਧੀ ਸਵਰ ਹੈਗੇ ਕਾਂਗਰਸ ਅਸੀਂ ਦੇਖਦੇ ਹਾਂ ਪਰਗਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਤੋਂ ਕਟਾ ਡੇਢ ਪਹਿਲਾਂ ਉਹ ਹੋਈ ਹੈ ਉਹਦੇ ਜਿਸ ਤਰੀਕੇ ਨਾਲ ਉਹਨਾਂ ਨੇ ਫੈਰੋਸ਼ੀਅਸਲੀ ਜਿੰਨੀ ਸਖਤੀ ਨਾਲ ਉਹਨਾਂ ਨੇ ਸਿੱਧਾ ਫਰੰਟ ਕੋਲਿਆ ਕੈਪਟਨ ਅਮਰਿੰਦਰ ਸਿੰਘ ਦਾ ਉਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਜਿਹੜਾ ਵਿਰੋਧ ਵਿਰੋਧੀ ਸਵਰ ਨੂੰ ਦਬਾਉਣ ਦੀ ਜਾਂ ਮੈਨੇਜ ਕਰਨ ਦੀ ਕੋਸ਼ਿਸ਼ ਤੇ ਇਨ ਮੈਂਬਰੀ ਕਮੇਟੀ ਕਰ ਰਹੀ ਸੀ ਉਹਨੂੰ ਕੋਈ ਬਹੁਤ ਜ਼ਿਆਦਾ ਫਲ ਨਹੀਂ ਕਿਸੇ ਕਿਸਮ ਦਾ ਮਿਲਿਆ ਔਰ ਉਹ ਵਿਰੋਧ ਦੇ ਸਵਰ ਜਿਹੜੇ ਬਲਕਿ ਤੇਜ਼ ਹੁੰਦੇ ਚਲੇ ਜਾ ਰਹੇ ਹੈਗੇ ਆ ਸੋ ਦੂਸਰੇ ਪਾਸੇ ਜਿੁੱਤੋ ਦਾ ਗੱਲ ਨਮਜੋਤ ਸਿੰਘ ਸਿੱਧੂ ਦੀ ਉਹਨਾਂ ਨੇ ਸਪਸ਼ਟ ਕਹਿਤਾ ਕਿ ਉਹ ਕੈਪਟਨਲ ਕੰਮ ਕਰਨ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ ਕੈਪਟਨ ਦੀ ਇੰਡੀ ਦੀ ਵਿੱਚ ਕੰਮ ਕਰਨ ਦੀ ਇੰਟਰਸਟਿਡ ਨਹੀਂ ਹੈਗੇ ਸੋ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਉਂ ਕੀ ਉਹ ਕੈਂਪੇਨ ਕਮੇਟੀ ਵਾਲਾ ਗੱਲ ਵੀ ਸਿਰੇ ਚੜੂਗੀ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਦਿੱਲੀ ਦੀ ਇਨਵੋਲਵਮੈਂਟ ਕਿੰਨੀ ਹੁੰਦੀ ਹੈ ਔਰ ਦਿੱਲੀ ਤੋਂ ਕਿੰਨਾ ਜਿਹੜਾ ਹੈ ਉਹਨਾਂ ਨੂੰ ਇਹ ਤੇ ਜੋ ਉਹਨਾਂ ਨੂੰ ਜਿਹੜੀ ਮੂਵਮੈਂਟ ਉਹਨਾਂ ਨੂੰ ਦਿੱਤੀ ਜਾ ਸਕੇਗੀ ਕੀ ਉਹਨਾਂ ਨੂੰ ਪ੍ਰਵਾਨਿਤ ਹੋਏਗੀ ਜਾਂ ਕੀ ਹੋਏਗੀ ਇਹ ਸਾਰਾ ਆਉਣ ਵਾਲੇ ਕੁਝ ਦਿਨ ਦਿਨਾਂ ਦੇ ਵਿੱਚ ਹੀ ਕਲੀਅਰ ਹੋਣ ਵਾਲਾ ਹੈਗਾ ਠੀਕ ਹੈ ਪ੍ਰਗਟ ਸਿੰਘ ਨੂੰ ਤੁਸੀਂ ਆਕੀ ਖੇਡ ਜਾਂ ਜਰੂਰ ਦੇਖਿਆ ਹੋਊਗਾ ਪੁਗਲ ਸਾਹਿਬ ਪ੍ਰਗਟ ਸਿੰਘ ਜੇ ਅਟੈਕ ਦੇ ਮੂੜ ਵਿੱਚ ਹੈ ਇਹਦਾ ਮਤਲਬ ਉਹ ਡਿਫੈਂਸ ਤੋਂ ਬਾਹਰ ਆ ਰਿਹਾ ਜੋ ਡਿਫੈਂਸ ਤੋਂ ਬੰਦਾ ਬਾਹਰ ਹੁੰਦਾ ਤੇ ਉਹਦੇ ਦੋ ਮਤਲਬ ਹੁੰਦੇ ਆ ਜਾਂ ਤਾਂ ਅਟੈਕ ਇਹੋ ਜਿਹਾ ਕਰੋ ਕਿ ਵਿਰੋਧੀ ਨੂੰ ਪਤਾ ਲੱਗ ਜਾਏ ਅਟੈਕ ਹੋਇਆ ਕਿ ਹੋਜਿਆ ਜਾਂ ਅਟੈਕ ਇਸ ਲਈ ਕੀਤਾ ਜਾ ਰਿਹਾ ਕਿ ਅਸੀਂ ਹਾਰ ਰਹੇ ਹਾਂ ਹੁਣ ਅਟੈਕ ਕਰਨਾ ਹੀ ਪੈਣਾ ਹੋਰ ਹੱਲ ਕੋਈ ਨਹੀਂਗਾ ਪੁਗਲ ਨਹੀਂ ਇਸ ਇਸ ਵੇਲੇ ਉਹ ਇਸ ਤਰ੍ਹਾਂ ਦਾ ਅਟੈਕ ਕਰ ਰਹੇ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਅਸੀਂ ਸਟਰੋਂਗ ਪੋਜੀਸ਼ਨ ਚ ਆ ਵਿਦਨ ਦੀ ਕਾਂਗਰਸ ਸਾਡੀ ਸੁਣਵਾਈ ਹੋਈ ਹੈ ਔਰ ਉਹ ਉਸ ਟੈਂਪੋ ਨੂੰ ਮੇਨਟੇਨ ਕਰਨ ਲਈ ਉਹਨਾਂ ਨੇ ਸਿੱਧਾ ਅਟੈਕ ਜਿਹੜਾ ਹੈਗਾ ਅੱਜ ਲਾਂਚ ਕੀਤਾ ਔਰ ਇਹ ਅਟੈਕ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਚ ਹੋਰ ਵੀ ਜਿਹੜਾ ਹੈ ਤੇਜ਼ ਹੋਏਗਾ ਔਰ ਸਰ ਪ੍ਰਗਟ ਸਿੰਘ ਦੇ ਨਾਲ ਨਾਲ ਹੋਰ ਵੀ ਆਵਾਜ਼ਾਂ ਉੱਠਣੀਆਂ ਔਰ ਸਿੱਧਾ ਅਟੈਕ ਜਿਹੜਾ ਹੈ ਉਹ ਹੁਣ ਹੋਇਆ ਕਰੇਗਾ ਤੁਸੀਂ ਕਹਿ ਰਹੇ ਆ ਟੈਂਪੋ ਨੂੰ ਮੇਨਟੇਨ ਕਰਨ ਦੇ ਲਈ ਪ੍ਰਗਟ ਸਿੰਘ ਬਾਹਰ ਆਏ ਆ ਮੇਰਾ ਸਵਾਲ ਇਹ ਆ ਸਿੱਧੂ ਖੇਮੇ ਨੂੰ ਇਹਦਾ ਮਤਲਬ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੁਝ ਵੱਡਾ ਮਿਲਨ ਦੀ ਉਮੀਦ ਆ ਜਿਹੜੀ ਉਹ ਜਾਗੀ ਆ ਕੇ ਪੀਜੀ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈਗਾ ਉਸ ਨੂੰ ਕਾਂਗਰਸ ਹਾਈ ਕਮਾਂਡ ਜਿਹੜੀ ਐ ਸੋ ਕਾਲ ਜਿਹੜੀ ਨਹਿਰੂ ਗਾਂਧੀ ਫੈਮਲੀ ਹੈ ਸੋਨੀਆ ਗਾਂਧੀ ਦੀ ਪਰਿਵਾਰ ਉਸ ਦੇ ਨੌਲੇਜ ਤੋਂ ਬਿਨਾ ਨਹੀਂ ਹੋ ਰਿਹਾ ਉੱਥੇ ਬਕਾਇਦਾ ਇਹ ਚੀਜ਼ ਨੌਲੇਜ ਦੇ ਵਿੱਚ ਹੈਗੀ ਹੈ ਔਰ ਸਿੱਧੂ ਦੀ ਉਹਨਾਂ ਨਾਲ ਗੱਲਬਾਤ ਹੈਗੀ ਹੈ ਸੋ ਇਹ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਜ਼ਾਹਿਰ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਜਿਹੜੀ ਨੋਲਿਜ ਨਾਲ ਹੋ ਰਿਹਾ ਉਹਨਾਂ ਨੂੰ ਇੱਕ ਪੈਸਟ ਅੰਡਰਸਟੈਂਡਿੰਗ ਹੈ ਪੈਸਟ ਜਿਹੜੀ ਹੈ ਉਹਨਾਂ ਦੀ ਜਿਹੜੀ ਸਹਿਮਤੀ ਵੀ ਹੈ ਤਾਂ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਦੇਰ ਤੋਂ ਬਕਾਤੀ ਮੂਡ 'ਚ ਹੈ ਉਹ ਬਿਲਕੁਲ ਵੀ ਜਿਹੜਾ ਹੈ ਹਾਈ ਕਮਾਂਡ ਨੂੰ ਜਿਹੜਾ ਸੁਣ ਨਹੀਂ ਰਹੇ ਹੈਗੇ ਔਰ ਇਸ ਚੀਜ਼ ਦਾ ਉਸਤੇ ਗੁੱਸਾ ਹੈ ਖਾਸ ਤੌਰ ਤੇ ਰਾਹੁਲ ਗਾਂਧੀ ਇਸ ਚੀਜ਼ ਤੋਂ ਬਹੁਤ ਕਪਾਹ ਨੇ ਔਰ ਉਹਨਾਂ ਦੀ ਕੰਡੀਸ਼ਨ ਹੈ ਕਿ ਜੇ ਮੈਂ ਦੁਬਾਰਾ ਕਾਂਗਰਸ ਦਾ ਨੈਸ਼ਨਲ ਪ੍ਰੈਜ਼ੀਡੈਂਟ ਬੰਨਣਾ ਤਾਂ ਮੈਨੂੰ ਜਿਹੜੇ ਇ ਇਸ ਇੱਕ ਕਾਂਗਰਸ ਦੇ ਅੰਦਰ ਹੀ ਅੰਦਰ ਕਲਾਕਲੇਸ਼ ਦਾ ਇੱਕ ਵੱਡਾ ਮਸਲਾ ਪੈਦਾ ਹੋਇਆ ਰਿਹਾ। ਚਲੋ ਇਹ ਮਸਲਾ ਤਾਂ ਮੰਨ ਲਿਆ ਮੰਨ ਲਿਆ। ਮੈਂ ਆ ਰਿਹਾ ਮਿਸਟਰ ਮੰਗਟ ਆ ਰਿਹਾ। ਅਸੀਂ ਸਰ ਇਹ ਮੰਨ ਕੇ ਕਿਉਂ ਨਹੀਂ ਚੱਲਦੇ ਭੀ ਨਿਓਸ ਸਿੱਧੂ ਸੈਲੀਬ੍ਰਿਟੀ ਹੈ। ਨਿਓਸ ਸਿੱਧੂ ਸਾਬ ਦਾ ਕਰੈਕਟਰ ਹੈ। ਨਿਓਸ ਸਿੱਧੂ ਨੂੰ ਬਹੁਤ ਲੋਕ ਜਾਣਦੇ ਆ। ਉਹ ਕਰਾਊਡ ਪੁੱਲਰ ਤਾਂ ਹੋ ਸਕਦੇ ਆ ਸਰ। ਵੋਟ ਪੁੱਲਰ ਨਹੀਂ ਹੋ ਸਕਦੇ। ਪੋਗਲ ਸਾਹਿਬ ਇੱਕ ਹੋਰ ਉਹਨਾਂ ਦੇ ਵਿਰੁੱਧ ਜਿਹੜੀ ਗੱਲ ਚੱਲ ਰਹੀ ਹੈ, ਇੱਕ ਹੋਰ ਜਿਹੜੀ ਉਹਨਾਂ ਦੇ ਵਿਰੁੱਧ ਗੱਲ ਚੱਲ ਰਹੀ ਹੈ ਉਹ ਇਹ ਜਾਰੀ ਹੈ ਕਿ ਉਹਨਾਂ ਦਾ ਕੋਈ ਖੇਮਾ ਨਹੀਂ ਹੈਗਾ। ਅਸੀਂ ਖੇਮਾ ਕਹਿ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕრაਊਡ ਪੁਲਰ ਉਹ ਜ਼ਰੂਰ ਹੈ ਲੋਕ ਉਹਨਾਂ ਨੂੰ ਜਿਸ ਤਰ੍ਹਾਂ ਭਗਵੰਤ ਮਾਨ ਨੂੰ ਸੁਣਨ ਲਈ ਇਕੱਠੇ ਹੋ ਜਾਂਦੇ ਐ ਇਸ ਤਰ੍ਹਾਂ ਉਹਨਾਂ ਨੂੰ ਵੀ ਸੁਣਨ ਨੂੰ ਇਕੱਠੇ ਹੋ ਜਾਂਦੇ ਇੰਟਰਸਟ ਆ ਉਹਨਾਂ ਦੇ ਪ੍ਰਤੀ ਲੇਕਿਨ ਵੋਟ ਪੁਲਰ ਉਹ ਨਹੀਂ ਸਾਬਿਤ ਹੋਏ ਇਹ ਵਾਕਈ ਗੱਲ ਠੀਕ ਹੈਗੀ ਐ ਲੇਕਿਨ ਕრაਊਡ ਪੁਲਰ ਦੀ ਵੀ ਲੋੜ ਹੈ ਕਾਂਗਰਸ ਦੇ ਵਿੱਚ ਐਸ ਵੇਲੇ ਕრაਊਡ ਪੁਲਰਸ ਦੀ ਵੀ ਉਹਨਾਂ ਨੂੰ ਉਨੀ ਹੀ ਲੋੜ ਹੈਗੀ ਐ ਦੂਸਰਾ ਹੈ ਦੂਜੀ ਜਿਹੜੀ ਗੱਲ ਹੈ ਕਿ ਉਹਨਾਂ ਦਾ ਧੜਾ ਨਹੀਂ ਹੈਗਾ ਜਾਂ ਉਹਨਾਂ ਦਾ ਖੇਮਾ ਨਹੀਂ ਹੈਗਾ ਉਸ ਤੋਂ ਪਾਵੇ ਨਹੀਂ ਹੈ ਕਿ ਉਹ ਜਿਸ ਤਰ੍ਹਾਂ ਦੀ ਅਸੀਂ ਅਕਿਊਟ ਫੈਕਸ਼ਨ ਦੀ ਗੱਲ ਕਰਦੇ ਆ ਮੀਨਸ ਕਿ ਉਹਨਾਂ ਨੇ ਆਪਣਾ ਇੱਕ ਸਪੋਰਟ ਬੇਸ ਜਿਹੜਾ ਹੈ ਕਾਂਗਰਸ ਦੇ ਵਿੱਚ ਕਾਇਮ ਕਰਨਾ ਚਾਹੀਦਾ ਸੀ ਸ਼ਾਇਦ ਉਹਨਾਂ ਨੂੰ ਕੋਸ਼ਿਸ਼ ਲੱਗੇ ਹੋਏ ਹੈ ਲੇਕਿਨ ਕਾਫੀ ਲੇਟ ਹੈ ਕਾਫੀ ਪਿੱਛੇ ਚੱਲ ਰਹੇ ਹੈ ਔਰ ਪਰਗਤ ਸਿੰਘ ਤੋਂ ਉਹਨਾਂ ਦੇ ਨਾਲ ਹੈਗੀ ਹੈ ਠੀਕ ਹੈ ਅਸੀਂ ਕਰਾਊਡ ਪੁੱਲਰ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਦੇ ਬਰਾਬਰ ਇਹਨਾਂ ਨੇ ਰੈਲੀਆਂ ਕੀਤੀਆਂ ਨੇ ਸਿੱਧੂ ਨੇ ਉੱਥੇ ਵੋਟਾਂ ਨਹੀਂ ਮਿਲੀਆਂ ਕਾਂਗਰਸ ਨੂੰ ਪਤਾ ਹਮ ਇਸਨੇ ਮੰਗੜ ਕੀ ਕਹਿਣਾ ਚਾ ਰਹੇ ਹੋ ਕੋਧੀ ਮੈਂ ਪੋਗਲ ਸਾਹਿਬ ਪ੍ਰੋਫੈਸਰ ਬੜੇ ਲਰਨਡ ਲਰਨਡ ਬੰਦੇ ਹੈਗੇ ਹੈ ਇਹਨਾਂ ਦੇ ਇਸ ਤੇ ਇਤਰਾਜ਼ ਹੋਇਆ ਤੁਹਾਨੂੰ ਨਹਿਰੂ ਗਾਂ ਨਹੀਂ ਨਹੀਂ ਚਲੋ ਦੇਖੋ ਪੂਰਾ ਦੇਸ਼ ਕਹਿੰਦਾ ਪਰ ਜਿਹੜੀ ਇਹਨਾਂ ਦੀ ਇੱਕ ਸਟੇਟਮੈਂਟ ਹੈਗੀ ਆ ਮੈਨੂੰ ਉਸ ਤੇ ਬੜਾ ਇਤਰਾਜ਼ ਹੈਗਾ ਵੀ ਰਾਹੁਲ ਗਾਂਧੀ ਨੇ ਕਿਹਾ ਵੀ ਉਹ ਕੈਪਟਨ ਅਮਰਿੰਦਰ ਅਰਗੇ ਡਿਸੋਬੀਡिएंट ਸਟੇਟ ਮਿਨਿਸਟਰਸ ਨਹੀਂ ਚਾਹੁੰਦੇ ਪੋਗਲ ਸਾਹਿਬ ਜੇ ਤਾਂ ਤੁਹਾਡੇ ਕੋਲ ਕੋਈ ਔਥੈਂਟਿਕ ਸੋਰਸ ਹੈਗੀ ਹੈ ਤੇ ਪਲੀਜ਼ ਉਹਨੂੰ ਜਨਤਨਾ ਕਰ ਦਿਓ ਨਹੀਂ ਤੇ ਆਪਦੇ ਸ਼ਬਦ ਵਾਪਸ ਲੈ ਲਓ ਜੀ ਮਤਲਬ ਮੈਂ ਨਹੀਂ ਮੈਂ ਸ਼ਬਦ ਮੈਂ ਉਸ ਤੇ ਖੜਾ ਜੀ ਬਿਲਕੁਲ ਖੜਾ ਇਹ ਬਿਲਕੁਲ ਨਹੀਂ ਜੀ ਇਹੋ ਜੀ I stand by my statement ਰਾਹੁਲ ਗਾਂਧੀ ਹੈਜ਼ ਨੈਵਰ ਮੇਡ ਐਨੀ ਸੱਚ ਸਟੇਟਮੈਂਟ such statements are not made, made in public but these are understood these are just he opinion has, of he people mangar saab mangar saab mangar saab main thoda sawal sidha kar dena hai close circles main sawal thoda sa mangar saab mangar saab rahul gandhi chahte hai ki youth di ek team hove ਚੰਗੀ ਟੀਮ ਹੋਵੇ ਜਿਹੜੀ ਕਾਂਗਰਸ ਦਾ ਭੁੇਖਾ ਜਿਹੜਾ ਆਪਦੇ ਹੱਥਾਂ ਵਿੱਚ ਲੈ ਸਕੇ ਰਾਹੁਲ ਗਾਂਧੀ ਇਹ ਚਾਹੁੰਦੇ ਆ ਨਹੀਂ ਚਾਹੁੰਦੇ ਗੌਰਮਿਤ ਮੰਗਟ ਬਿਲਕੁਲ ਚਾਹੁੰਦੇ ਬਿਲਕੁਲ ਚਾਹੁੰਦੇ ਆ ਜੀ ਬਿਲਕੁਲ ਚਾਹੁੰਦੇ ਆ ਜਿਹੜਾ ਸ਼ਬਦ ਇਹਨਾਂ ਨੇ ਵਰਤੇ ਆ ਭੋਗਲ ਸਾਹਿਬ ਨੂੰ ਉਹ ਸ਼ਬਦ ਤੁਹਾਨੂੰ ਚੰਗਾ ਨਹੀਂ ਲੱਗਿਆਗਾ ਪਰ ਉਹਨਾਂ ਸ਼ਬਦਾਂ ਦਾ ਮਤਲਬ ਇਹ ਹੈ ਕਿ ਕਾਂਗਰਸ ਵਿੱਚ ਜਿਹੜਾ ਆਪਦਾ ਹੁੱਕਾ ਚਲਾਉਂਦੇ ਆ ਆਪਦਾ ਹੁਕਮ ਚਲਾਉਂਦੇ ਆ ਉਹਨਾਂ ਨੂੰ ਹੁਣ ਦੱਸਿਆ ਜਾਊਗਾ ਕਿ ਕਾਂਗਰਸ ਹਾਈਕਵਾਨ ਕੀ ਚੀਜ਼ ਹੈ ਇਹਦਾ ਮਤਲਬ ਇਹ ਮੰਨ ਕੇ ਚੱਲੀਏ ਮੰਗਟ ਸਾਹਿਬ ਕੇ ਪੀ ਜੀ ਕੇ ਪੀ ਜੀ ਜਿੰਨਾ ਮੈਂ ਆਪਦੀ ਪ ਠੀਕ ਹੈ ਜੀ ਹਮੇਸ਼ਾ ਤੋਂ ਹੀ ਹਮੇਸ਼ਾ ਤੋਂ ਹੀ ਕਾਂਗਰਸ ਨੇ ਡਿਸਪਲਿਨ ਨੂੰ ਬੜਾ ਮੱਦੇ ਨਜ਼ਰ ਰੱਖਿਆ ਆ ਜਿਹੜੇ ਲੋਕੀ ਡਿਸੈਂਡ ਅਵੇ ਕਰ ਰਹੇ ਆ ਉਹਦਾ ਮੇਨ ਰੀਜ਼ਨ ਹੀ ਇਹ ਹੈ ਕਿਉਂਕਿ ਉਹ ਫਾਰ ਇਗਜ਼ਾਮਪਲ ਮੈਂ ਜਤਿਨ ਪ੍ਰਸ਼ਾਦ ਜੀ ਦਾ ਦੱਸਦਾ ਜਤਿਨ ਪ੍ਰਸ਼ਾਦ ਜੀ ਇੱਥੇ ਚਾਰੇ ਸੀਗੇ ਵੀ ਮੈਂ ਵਨ ਮੈਨ ਸ਼ੋ ਇੱਥੇ ਕੰਮ ਚੱਲਾਂ ਤੇ ਉਹਨਾਂ ਦੀ ਨਹੀਂ ਉੱਥੇ ਗੱਲ ਬਣੀ ਤੇ ਹੀ ਪਲਾਨ ਟੂ ਮੂਵ ਆਊਟ ਠੀਕ ਹੈ ਤੇ ਇਹ ਬਿਲਕੁਲ ਸਾਰਾ ਸਾਰ ਲੋਕਾਂ ਦਾ ਜਿਹੜਾ opinion ਹੈਗਾ ਆ ਠੀਕ ਹੈ ਇਟ ਇਜ਼ ਵਾਇਸ ਆਪੀ ਚਲੋ ਮੰਗਰ ਸਾਹਿਬ ਆਪਾ ਥੋੜਾ ਕਲੀਅਰ ਕਰ ਲੀਏ ਮੰਗਰ ਸਾਹਿਬ ਜਤਿਨ ਪ੍ਰਸਾਦ ਦਾ ਜ਼ਿਕਰ ਕਰ ਲਿਆ ਜਤਿਨ ਪ੍ਰਸਾਦ ਨੂੰ ਜਿਸ ਤਰੀਕੇ ਨਾਲ ਪਬਲਿਸਿਟੀ ਦਿੱਤੀ ਗਈ ਉਹ ਜਤਿਨ ਪ੍ਰਸਾਦ ਇਸ ਵੇਲੇ ਉਸ ਮੋਮੈਂਟਮ ਵਿੱਚ ਨਹੀਂ ਹੈਗਾ ਕਿ ਮੋਮੈਂਟਮ ਵਿੱਚ ਨਹੀਂ ਹੈਗਾ ਕਿ ਸਾਨੂੰ ਪਤਾ ਇਸ ਗੱਲ ਦਾ ਮੰਗਰ ਸਾਹਿਬ ਸਵਾਲ ਇਹ ਹੈਗਾ ਜੇ ਭੋਗਲ ਸਾਹਿਬ ਨੇ ਡਿਸਆਬੀਡੈਂਟ ਕਿਹਾ ਤੁਹਾਨੂੰ ਇਹ ਸ਼ਬਦ ਪਸੰਦ ਨਹੀਂ ਆਇਆ ਇਨਡਿਸਿਪਲਿਨ ਕਰੀਏਟ ਕੌਣ ਕਰਦਾ ਪਿਆ ਕੈਪਟਨ ਰੋਹਿੰਦਰ ਸਿੰਘ ਜਾਂ ਨਰੋਸਨ ਸਿੱਧੂ ਤੁਸੀਂ ਕਲੀਅਰ ਕਰ ਦਿਓ ਸਰ ਤੇ ਖੁਦ ਹੀ ਮੈਂ ਮੈਂ ਇੱਕ ਚੀਜ਼ ਤੁਹਾਨੂੰ ਬੜੀ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਜੇ ਇੱਕ ਜੇ ਸਾਡੀ ਪਾਰਟੀ ਸਰਕਾਰ ਦੇ ਵਿੱਚ ਹੈਗੀ ਆ ਤੇ ਇੱਕ ਪ੍ਰੋਟੋਕੋਲ ਹੈ ਉਹਨੂੰ ਫੋਲੋ ਕਰਨਾ ਹੈ ਠੀਕ ਹੈ ਤੁਸੀਂ ਡਿਫਰੈਂਟ opinion ਲੈ ਸਕਦੇ ਹੋ ਠੀਕ ਹੈ ਲੇਕਿਨ ਤੁਸੀਂ ਜੇ ਸੋਚੋ ਵੀ ਮੈਨੂੰ ਆ ਆ ਮੰਤਰੀ ਮੰਡਲ ਦੇ ਦਿੱਤਾ ਜਾਵੇ ਨਹੀਂ ਮੰਗਰ ਸਾਹਿਬ ਮੇਰਾ ਸਵਾਲ ਹੋਰ ਸੀ ਮੰਗਰ ਸਾਹਿਬ ਡਿਸੋਬੀਡੈਂਟ ਕੌਣ ਆ ਜਾਂ ਇਨਡਿਸਿਪਲਿਨ ਕੌਣ ਕ੍ਰੀਏਟ ਕਰ ਰਿਹਾ ਨਵਜੋਸਨ ਸਿੱਧੂ ਜਾਂ ਕੈਪਟਨ ਰਮਿੰਦਰ ਸਿੰਘ ਸਰ ਸਾਨੂੰ ਇੱਕ ਲਾਈਨ ਤਾਂ ਲੈਣੀ ਪੈਣੀ ਆ ਨਾ ਨਹੀਂ ਨਹੀਂ ਜੀ ਦੇਖੋ ਇਹ ਥਿਸ ਇਜ਼ ਥਿਸ ਇਜ਼ ਸਮਥਿੰਗ ਵਿਚ ਆਮ ਆਈ ਐਮ ਨਾਟ ਯੂ نو ਇਵਨ ਅਵੇਅਰ ਆਫ ਵੀ ਅੰਦਰ ਕੀ ਉਹਨਾਂ ਦੀ ਡਿਸਕਸ਼ਨ ਹੋਈ ਤੇ ਕੀ ਫੈਕਸ ਰੱਖੇ ਗਏ ਬਟ ਮੈਂ ਤੁਹਾਨੂੰ ਪਾਰਟੀ ਦਾ ਪ੍ਰਵਕਤਾ ਹੋਣ ਦੇ ਨਾਤੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਜਿਹੜਾ ਸਾਡੀ ਪਾਰਟੀ ਦੇ ਵਿੱਚ ਇੱਕ ਮੈਂ ਜਿਵੇਂ ਪਹਿਲਾਂ ਕਿਹਾ ਇੰਟਰਨਲ ਡੈਮੋਕ੍ਰੇਸੀ ਹੈਗੀ ਆ ਜੇ ਕਿਸੇ ਦਾ opinion ਪਾਰਟੀ ਲਾਈਨ ਤੋਂ ਡਿਫਰੈਂਟ ਹੈਗਾ ਉਹ ਨੂੰ ਐਕਸਪ੍ਰੈਸ ਸਰ ਇੰਟਰਨਲ ਡੈਮੋਕ੍ਰੇਸੀ ਹੁੰਦੀ ਨਾ ਮੰਗਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਚੱਲਦਾ ਇੰਟਰਨਲ ਡੈਮੋਕ੍ਰੇਸੀ ਹੁੰਦੀ ਨਾ ਸਰ ਟਵਿੱਟਰ ਤੇ ਆ ਕੇ ਨਿਰੋਸ ਸਿੱਧੂ ਵਾਰ-ਵਾਰ ਨਾ ਲਿਖਦੇ केपीजी मैं ये कहूंगा कि इंडिया भी किसी पॉलिटिकल पार्टीज इंटरनल डेमोक्रेसी नहीं है कि 6 पार्टी सिस्टम आ रही चलो आलो आलो पोगल साहब ने साफ ही करता है कि ना डेमोक्रेसी आजकल किसी पार्टीज ने हैगी नवजोत सिंह सिद्धू मेरी बात सुन लो नवजोत सिंह सिद्धू ਦਾ ਜਦੋਂ ਮਨ ਕਰਦਾ ਉਹ ਆ ਜਾਂਦੇ ਆ ਜਦੋਂ ਉਹਨਾਂ ਦਾ ਮਨ ਨਹੀਂ ਕਰਦਾ ਉਹ ਮਹੀਨਾ ਮਹੀਨਾ ਕਿਸੇ ਨੂੰ ਮਿਲਦੇ ਵੀ ਨਹੀਂਗੇ ਠੀਕ ਹੈ ਜੀ ਇਹਹੀ ਗੱਲ ਉਹਤੇ ਕਮੇਟੀ ਇਹਹੀ ਗੱਲ ਕਮੇਟੀ ਅੱਗੇ ਇਹਹੀ ਗੱਲ ਕਮੇਟੀ ਅੱਗੇ ਵਿਧਾਇਕਾਂ ਨੇ ਕਹੀ ਹੈ ਕਿ ਮਹੀਨਾ ਮਹੀਨਾ ਕੈਪਟਨ ਰਣਜੀਤ ਸਿੰਘ ਨਹੀਂ ਮਿਲਦੇਗੇ ਇਹ ਦੋਨੋਂ ਹੀ ਫਿਰ ਇਹੋ ਜਿਹੇ ਲੀਡਰ ਹੋਗੇ ਮਾਂਗੜ ਸਾਹਿਬ ਨਹੀਂ ਨਹੀਂ ਕੇਪੀ ਜੀ ਦੇਖੋ ਗੱਲ ਇਹ ਆ ਵੀ ਪਿਛਲੇ ਮੈਂ ਕਰਾਂ ਕੇ ਪਿਛੇ ਥੋੜਾ ਪਿਛਲੇ 1 ਸਾਲ ਤੋਂ ਲਾਕਡਾਊਨ ਲੱਗਿਆ ਹੋਇਆ ਹੈ ਹਾਂ ਠੀਕ ਹੈ ਹੁਣ ਆਪਾਂ ਵੀ ਤੇ ਨਹੀਂ ਮਿਲਦੇ ਨਾ ਆਪਾਂ ਵੀ ਤੇ ਆਪਾਂ ਵੀ ਤੇ ਕੀ ਕਹਿੰਦੇ ਆ ਜ਼ੂਮ ਦੇ ਥਰੂ ਗੱਲ ਕਰ ਰਹੇ ਆ ਨਾ ਤੇ ਲਾਈਕ ਵੀ赖 ਇਸ ਲਈ ਉੱਥੇ ਵੀ ਹੁੰਦਾ ਗੱਲ ਇਹ ਆ ਵੀ ਜਿਹੜੇ ਐਮਐਲਏ ਹੈਗੇ ਆ ਠੀਕ ਹੈ ਜਿਹੜੇ ਮੰਤਰੀ ਹੈਗੇ ਆ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਉਹਨਾਂ ਨੂੰ ਉਹ ਫਾਲੋ ਅਪ ਕਰਨੀ ਚਾਹੀਦੀ ਆ ਜੇ ਉਹ ਨਹੀਂ ਕਰਨਗੇ ਤੇ ਉਹਨਾਂ ਤੇ ਸਵਾਲ ਚੁੱਕੀਦਾ ਮੈਂ ਬ੍ਰੇਕ ਲੈਣੀ ਆ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਕਰ ਰਿਹਾ ਮੰਗੜ ਸਾਹਿਬ ਤੁਹਾਨੂੰ ਕੈਪਟਨ ਰਣਜੀਤ ਸਿੰਘ ਪਸੰਦ ਆ ਨਿਯੋਸ਼ਨ ਸਿੱਧੂ ਪਸੰਦ ਆ ਜਾਂ ਪ੍ਰਤਾਪ ਸਿੰਘ ਬਾਜਵਾ ਮੈਂ ਸਟੇਟ ਲੀਡਰਸ਼ਿਪ ਦੀ ਗੱਲ ਕਰ ਰਿਹਾ ਰਾਹੁਲ ਗਾਂਧੀ ਸੋਨੀ ਗਾਂਧੀ ਦੀ ਗੱਲ ਨਹੀਂ ਕਰ ਰਿਹਾ ਤੇ ਖੁਦ ਹੀ ਮੈਂ ਤੇ ਕੈਪਟਨ ਸਾਹਿਬ ਦੇ ਨਾਲ ਕੰਮ ਵੀ ਕੀਤਾ ਹੋਇਆ ਹੈ ਇੱਕ ਛੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਸਰ ਤੁਹਾਡਾ ਜਵਾਬ ਆ ਗਿਆ ਸਰ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ ਕਲੇਸ਼ ਦੀ ਰਿਪੋਰਟ ਪੇਸ਼ ਹੈ ਪ੍ਰਗਟ ਨੇ ਫਸਾਇਆ ਕਿਹੜਾ ਪੇਚ ਹੈ ਤੇ ਇਹ ਪੇਚ ਆ ਜਿਹੜਾ ਕਾਂਗਰਸ ਨੂੰ ਵੀ ਸਮਝ ਨਹੀਂ ਆ ਰਿਹਾ ਹੁਣ ਇਹ ਪੇਚ ਚ ਜਿਹੜਾ ਪ੍ਰਗਟ ਸਿੰਘ ਨੇ ਫਸਾਇਆ ਉਹ ਤਾਂ ਨਿਕਲਣਾ ਕਿਵੇਂ ਆਗਾ ਵਾਪਸ ਆ ਰਹੇ ਹਾਂ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਇੱਕੋ ਪੁੱਛ ਰਿਹਾ ਕਾਂਗਰਸ ਦੀ ਕਲੇਸ਼ੀ ਰਿਪੋਰਟ ਹਾਈ ਕਮਾਨ ਅਕੇ ਪੇਸ਼ ਹੁੰਦਾ ਹੈ ਪ੍ਰਗਟ ਸਿੰਘ ਮੈਦਾਨ ਚ ਕਿਉਂ ਗਏ ਮਿਸਟਰ ਗਲੇਰ ਇੱਕ ਮਿੰਟ ਮੈਂ ਆ ਰਿਹਾ ਮੈਂ ਪੋਗਲ ਸਾਹਿਬ ਤੋਂ ਸਵਾਲਾਂ ਪੋਗਲ ਸਾਹਿਬ ਜਿਵੇਂ ਹੁਣ ਮਿਸਟਰ ਮੰਗੜ ਤੋਂ ਹੀ ਸਵਾਲ ਕਰ ਰਹੇ ਹਾਂ ਕਾਂਗਰਸ ਸਪੋਕਸਪਰਸਨ ਆ ਨਾ ਚਾਹੁੰਦੇ ਹੀ ਇਹਨਾਂ ਨੇ ਦੱਸਤਾ ਵੀ ਕੈਪਟਨ ਰਣ ਸਿੰਘ ਨੂੰ ਕਿੰਨਾ ਚਾਹੁੰਦੇ ਆ ਸਰ ਕਾਂਗਰਸ ਦੇ ਵਿੱਚ ਜਿੱਥੇ ਤੁਸੀਂ ਜ਼ਿਆਦਾ ਗੱਲ ਕਰੋਗੇ ਉਹ ਕੈਪਟਨ ਰਣ ਸਿੰਘ ਦੇ ਨਾਲ ਖੜੇ ਹੋਏ ਤੁਹਾਨੂੰ ਦਿਖਾਈ ਦਿੰਦੇ ਆ ਔਨ ਕੈਮਰਾ ਆਫ ਕੈਮਰਾ ਜਦੋਂ ਅਸੀਂ ਗੱਲ ਕਰਦੇ ਆ ਲੋਕ ਬਹੁਤ ਵੱਡੀ ਗਿਣਤੀ ਵਿੱਚ ਨਯੋਸ਼ ਸਿੱਧੂ ਦੇ ਨਾਲ ਖੜੇ ਹੁੰਦੇ ਦਿਖਾਈ ਦਿੰਦੇ ਆ ਪਰ ਨਯੋਸ਼ ਸਿੱਧੂ ਦੇ ਲਈ ਦਿੱਕਤ ਫੇਰ ਉਹੀ ਹੈ ਪਪੂਲੈਰਿਟੀ ਬਹੁਤ ਜ਼ਿਆਦਾ ਹੈ ਪਰ ਜਦੋਂ ਗਰਾਊਂਡ ਦੀ ਗੱਲ ਆਉਂਦੀ ਹੈ ਨਯੋਸ਼ ਸਿੱਧੂ ਉਹਦੇ ਪਿੱਛੇ ਹੋ ਜਾਂਦੇ ਆ ਕੈਪਟਨ ਸਿੰਘ ਅੱਗੇ ਆ ਜਾਂਦੇ ਆ ਕੀ ਪੀਜੀ ਨਵਜੋਤ ਸਿੰਘ ਸਿੱਧੂ ਵੀ ਆਪਣੀਆਂ ਪ੍ਰੋਬਲਮਸ ਹੈ ਬਹੁਤ ਹੈਗੀਆਂ ਨੇ ਤੁਹਾਡੀ ਤੁਸੀਂ ਕੁਝ ਗੱਲਾਂ ਕਹਿਤੀਆਂ ਕੁਝ ਹੋਰ ਵੀ ਨੇ ਜਿੱਥੋਂ ਤੱਕ ਗੱਲ ਹੈਗੀ ਹੈ ਮਾਰਕਟ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਪਹਿਲਾਂ ਤਾਂ ਮੈਂ ਮਾਰਕਟ ਸਾਹਿਬ ਨੂੰ ਕਲੀਅਰਫਾਈ ਕਰਾਂ ਕਿ ਉਹ ਮੇਰਾ ਡਿਸੋਬੀਡੈਂਟ ਸ਼ਾਇਦ ਹਾਰਡ ਹਿਟਿੰਗ ਸੀ ਕਾ ਮਤਲਬ ਇਹ ਕਿ ਰਾਹੁਲ ਗਾਂਧੀ ਕੁਝ ਨਹੀਂ ਮੈਂ ਉਹ ਕਹਿਣਾ ਚਾਹੁੰਦਾ ਸੀ ਵਿਦਿਊ ਅਪੋਲੋਜੀਸ ਦੂਸਰੀ ਗੱਲ ਇਹ ਹੈਗੀ ਹੈ ਕਿ ਕਾਂਗਰਸ ਦੇ ਵਿੱਚ ਹੀ ਨਹੀਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਜਿਹੜੀਆਂ ਸੈਂਟਰਲਾਈਜ਼ ਪੋਲੀਟੀਕਲ ਪਾਰਟੀਆਂ ਨੇ ਉਥੇ ਬਹੁਤ ਬੜੀ ਪ੍ਰੋਬਲਮ ਹੈ ਕਿ ਜਦੋਂ ਤੱਕ ਜਿਹੜਾ ਵਿਅਕਤੀ ਸੱਤਾ ਦੇ ਵਿੱਚ ਬੈਠਾ ਹੈਗਾ ਉਸ ਦੇ ਨਾਲ ਲੋਕ ਨਜ਼ਰ ਆਉਣਾ ਚਾਹੁੰਦੇ ਅੰਦਰੋਂ ਭਾਵੇਂ ਜਿੰਨੇ ਮਰਜ਼ੀ ਨਾਖੁਸ਼ ਹੋਣ ਮੈਂ ਇੱਕ ਗੱਲ ਇੱਕ ਗੱਲ ਹਾਈਪੋਥੈਟਿਕਲੀ ਕਹਿ ਰਿਹਾ ਕਿ ਸੁਪੋਜ਼ ਕੱਲ ਨੂੰ ਕਿਸ ਕੋਈ ਹਾਲਾਤ ਬਣਦੀ ਹੈ ਕਿ ਕਾਂਗਰਸ ਕਹਿੰਦੀ ਕਿ ਨਹੀਂ ਕੈਪਟਨ ਉਮਿੰਦਰ ਸਿੰਘ ਡਿਜ਼ਾਈਨ ਕਰ ਦੇਣ ਔਰ ਸਿੱਧੂ will be the chief minister ਅੱਜ ਜੋ ਸਾਰੇ ਵਿਅਕਤੀ ਜੋ ਸਿੱਧੂ ਦੇ ਖਿਲਾਫ ਬੋਲ ਰਹੇ ਆ ਉਹ ਚੁੱਪ ਕਰ ਜਾਣਗੇ ਔਰ ਸਿੱਧੂ ਦੇ ਨਾਂ ਨਜ਼ਰ ਆਉਣਗੇ ਨਾ ਨਾ ਸਿਰਫ ਪੰਜਾਬ મેં ਇਹ ਪੰਜਾਬ ਨੂੰ ਸਿਰਫ ਉਦਾਹਰਣ ਲੈ ਰਿਹਾ ਇਹ ਚੀਜ਼ ਭਾਜੀਪੀ ਚ ਵੀ ਹੈ ਇਹ ਚੀਜ਼ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਇਹ ਚੀਜ਼ ਹੋ ਗਈ ਸਾਡਾ ਜਿਹੜਾ ਪੋਲੀਟੀਕਲ ਪਾਰਟੀ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਸਾਡੇ ਇੰਟਰਨਲ ਡੈਮੋਕ੍ਰੇਸੀ ਹੈ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਚ ਨਹੀਂ ਹੈ ਯਾਨੀ ਕਿ ਫੋਕਸ ਆ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਚੜਦੇ ਸੂਰਜ ਨੂੰ ਸਲਾਮਤ ਡੁੱਬਦੇ ਨੂੰ ਪੁੱਛਦਾ ਨਾ ਕੋਈ ਬਿਲਕੁਲ 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 ਤੁਸੀਂ ਬਹੁਤ ਜ਼ਿਆਦਾ ਸਪਸ਼ਟ ਨੂੰ ਸਲਾਮ ਹੈ ਬਗਾਵਤੀ ਜਿਹੜੇ ਹੈ ਜੇ ਕੋਈ ਕੋਈ ਬਗਾਵਤ ਕਰਦਾ ਹੈ ਸਾਹਮਣੇ ਪਿੱਛੇ ਪਿੱਛੋਂ ਸਾਰੇ ਤਿਆਰ ਹੈਗੇ ਠੀਕ 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 ਹੈ ਅਸੀਂ ਸੀਕਲੇਰ ਬੜਾ ਸਪਸ਼ਟ ਜਵਾਬ ਚਾਹੀਦਾ ਮੈਨੂੰ ਤੁਹਾਡੇ ਤੋਂ ਜੇ ਤੁਸੀਂ ਦੇ ਸਕਦੇ ਹੋ ਤੇ ਜੇ ਨਾ ਜਵਾਬ ਹੋਇਆ ਤੇ ਕਿਰਪਾ ਕਰਕੇ ਨਾ ਦਿਓ ਕੋਈ ਦਿੱਕਤ ਨਹੀਂ ਮੈਨੂੰ ਸ਼ਰਮਣੀ ਕਾਲੇਦਾਲ ਆਪ ਦੇ ਆਪ ਨੂੰ ਬਹੁਤ ਵੱਡੀ ਪਾਰਟੀ ਮੰਨਦਾ ਪਿਛਲੀਆਂ ਇਲੈਕਸ਼ਨ ਦੇ ਵਿੱਚ ਤਾਂ ਨੁਕਸਾਨ ਹੋਇਆ ਬਹੁਤ ਵੱਡਾ ਆਮ ਆਤੀ ਪਾਰਟੀ ਨੇ ਗੇਨ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸ ਵਕਤ ਸ਼ਰਮਣੀ ਕਾਲੇਦਾਲ ਕਹਿ ਰਿਹਾ ਕਿ ਸਾਡੀ ਦੂਜੇ ਨੰਬਰ ਤੇ ਇਸ ਵਕਤ ਅਸੀਂ ਸਥਿਤੀ ਹੈ ਕਿ ਦੂਜੇ ਨੰਬਰ ਤੇ ਪਾਰਟੀ ਖੜੀ ਹੈ ਚਾਹੇ ਤੁਸੀਂ ਹੋਣ ਕੈਮਰਾ ਪਹਿਲੇ ਨੰਬਰ ਤੇ ਕਹਿ ਦਿਓ ਮੈਨੂੰ ਕੋਈ ਦਿੱਕਤ ਨਹੀਂ ਕਲੇਰ ਸਾਹਿਬ ਤੁਹਾਨੂੰ ਲੜਾਈ ਕਿੰਦੇ ਨਾਲ ਲੜਨ ਚ ਮਜ਼ਾ ਆਊਗਾ ਕੈਪਟਨ ਰਣ ਸਿੰਘ ਦੇ ਨਾਲ ਨਿਯੋਸਨ ਸਿੱਧੂ ਦੇ ਨਾਲ ਦੋ ਦੋ ਚਿਹਰੇ ਆ ਮੈਂ ਕੇਰੀਵਾਲ ਦਾ ਨਾਮ ਨਹੀਂ ਲੈ ਰਿਹਾ ਨਾ ਭਗਵੰਤ ਮਾ ਦਾ ਨਾਮ ਲੈ ਰਿਹਾ ਕੇ ਪੀਜੀ ਆਏ ਦੇ ਹਾਲਾਤ ਇਹ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੋ ਵਾਅਦੇ ਕਰਕੇ ਆਏ ਸੀ ਪੂਰੇ ਜੀ ਚਾਹੇ ਨਵਜੋਤ ਸਿੱਧੂ ਵੀ ਉਹ ਬਹੁਤ ਵੱਡਾ ਨਾਨ ਪਰਫਾਰਮਰ ਹੈ ਦੋਨਾਂ 'ਚ ਜਿਹੜਾ ਮਰਜ਼ੀ ਆ ਜਾਏ ਦੋਨਾਂ 'ਚ ਜਿਹੜਾ ਦੇਖੋ ਕਲਰ ਸਾਹਿਬ ਇੱਕ ਮਿੰਟ ਇੱਕ ਮਿੰਟ ਕਲਰ ਸਾਹਿਬ ਪਲੇਅਰ ਸਾਹਿਬ ਮੈਂ ਮੈਂ ਸਵਾਲ ਬੜਾ ਸਧਾਰਨ ਕੀਤਾ ਕਲਰ ਸਾਹਿਬ ਸਵਾਲ ਇਹ ਹੈ ਕਿ ਇੱਕ ਜਦੋਂ ਸਾਹਮਣੇ ਟੀਮ ਹੁੰਦੀ ਹੈ ਨਾ ਇਹ ਸਾਰੇ ਪਲੇਅਰ ਹੈ ਕੈਪਟਨ ਅਮਰਿੰਦਰ ਸਿੰਘ ਆਰਮੀ 'ਚ ਰਹੇ ਆ ਬਰਗਰ ਸਿੰਘ ਹਾਕੀ ਖੇਡਦੇ ਰਹੇ ਆ ਨਵਜੋਤ ਸਿੱਧੂ ਕ੍ਰਿਕਟ ਖੇਡਦੇ ਰਹੇ ਆ ਮੇਰਾ ਸਵਾਲ ਇਹ ਹੈ ਕਿ ਇੱਕ ਪਲੇਅਰ ਦੂਜਾ ਜਦੋਂ ਟੀਮ ਚੋਂਦਾ ਵੀ ਮੈਂ ਕਿਹੜੀ ਟੀਮ ਦੇ ਸਾਹਮਣੇ ਖੇਡਣਾ ਤੇ ਮੈਨੂੰ ਮਜ਼ਾ ਆਊਗਾ ਜਿਵੇਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਉਹਨੂੰ ਮਜ਼ਾ ਆਉਂਦਾ ਵੀ ਇੰਡੀਆ ਪਾਕਿਸਤਾਨ ਦਾ ਮੈਚ ਆ ਜੋ ਸ਼ੀਲਾ ਮੈਚ ਹੁੰਦਾ ਤੁਹਾਡਾ ਮੈਚ ਕਿੰਦੇ ਨਾਲ ਹੋਵੇ ਤੁਹਾਨੂੰ ਮਜ਼ਾ ਆਊਗਾ ਕਾਲੀਦਾਨੂ ਕੈਪਟਨ ਰਿੰਸਨ ਦੇ ਖਿਲਾਫ ਨਹੀਂ ਉਸਨੂੰ ਸਿੱਧੂ ਦੇ ਖਿਲਾਫ ਕੇ ਪੀਜੀ ਕਾਂਗਰਸ 2022 ਚ ਫਾਈਟ ਚ ਹੀ ਹੈ ਨਹੀਂ ਸੋ ਤੁਸੀਂ ਜਿਹਨੂੰ ਮਰਜ਼ੀ ਖੜਾ ਲਓ ਚਾਹੇ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਪ੍ਰੋਜੈਕਟ ਕਰ ਦਿਓ ਪੰਜਾਬ ਚ ਲਿਆ ਕੇ ਉਹ ਵੀ ਫਾਈਟ ਚ ਨਹੀਂ ਹੈਗਾ ਨਵਸ ਨਵਸਨ ਸਿੱਧੂ ਕ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਨੂੰ ਤਾਂ ਕੀ ਮੈਨੂੰ ਲੱਗਦਾ ਪੰਜਾਬ ਦੇ ਕਿਸੇ ਵੀ ਪੋਲੀਟਿਕਲ ਪਾਰਟੀ ਦੇ ਬੰਦੇ ਨੂੰ ਪਸੰਦ ਨਹੀਂ ਆਇਆ ਚਲੋ ਤੁਸੀਂ ਕਲੀਅਰ ਕਰਤਾ ਕੈਪਟਨ ਰੈਂਸਨ ਦੇ ਨਾਲ ਹੀ ਮੈਚ ਲੜਨਾ ਚਾਹੋਗੇ ਤੁਸੀਂ ਹਨਿਲ ਕਰ ਬੋਲੋ ਤੁਸੀਂ ਨਾ ਕੇ ਪੀਜੀ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਹਾਈਪੋ ਪੋਲੀਟਿਕਲ ਨਾ ਆਪਣੀਆਂ ਆਪ ਹੀ ਸਿਚੁਏਸ਼ਨਸ ਬਣਾਉਂਦੇ ਹੋ ਇਹ ਕੋਈ ਚੰਗੀ ਇਹ ਕੋਈ ਚੰਗੀ ਮੇਰੇ ਹਿਸਾਬ ਨਾਲ ਤੁਹਾਡੀ ਉਹ ਨਹੀਂ ਹੈਗੀ ਚਲੋ ਠੀਕ ਤੁਸੀਂ ਕਹਿ ਸਕਦੇ ਮੈਨੂੰ ਕਹਿ ਸਕਦੇ ਕੋਈ ਦਿੱਕਤ ਇਸ ਲਈ ਨਾ ਕੈਪਟਨ ਨਾ ਸਿੱਧੂ ਅਕਾਲੀ ਦਲ ਦੇ ਇਸ ਟਾਈਮ 2022 ਦੇ ਰਾਹ ਦੇ ਵਿੱਚ ਦੋਨੋਂ ਬੰਦੇ ਕਰਗਰ ਨਹੀਂ ਹੈਗੇ ਚਲੋ ਹਾਂ ਮੈਨੂੰ ਇਸ ਨਹੀਂ ਲ ਕੇਪੀਜੀ ਤੁਸੀਂ ਸਵਾਲ ਗਲਤ ਪੁੱਛ ਲਿਆ ਕਲੇਰ ਸਾਹਿਬ ਨੂੰ ਕੋਈ ਆਪਣੇ ਨਾਲ ਵੀ ਲੜਦਾ ਹੁੰਦਾ ਹੈ ਕੈਪਟਨ ਸਾਹਿਬ ਤਾਂ ਇਹਨਾਂ ਦੇ ਆਪਣੇ ਮੁੱਖ ਮੰਤਰੀ ਨੇ ਉਹ ਤਾਂ ਸਾਰਾ ਪੰਜਾਬ ਜਾਣਦਾ ਹੈਗਾ ਤਾਂ ਇਸ ਕਰਕੇ ਇਹ ਸਵਾਲ ਇਹਨਾਂ ਨੂੰ ਤੁਸੀਂ ਗਲਤ ਪੁੱਛਿਆ ਬਾਕੀ ਗੱਲ ਇਹ ਹੈਗੀ ਹੈ ਇੱਕ ਮਿੰਟ ਇੱਕ ਮਿੰਟ ਮੈਂ ਗਰਗਸਾਹ ਟੋਕਦਾ ਨਹੀਂ ਗਰਗਸਾਹ ਸੌਰੀ ਮੈਂ ਨਾ ਇੱਕ ਚੀਜ਼ ਪੁੱਛਣੀ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਨਾ ਉਹਨਾਂ ਦੀ ਲੀਡਰਸ਼ਿਪ ਨੇ ਇੱਕ ਲਾਈਨ ਦੇਤੀ ਕਿ ਜੀ ਕੈਪਟਨ ਤੇ ਬਾਦਲ ਮਿਲੇ ਹੋਏ ਨੇ ਵਿਧਾਇਕ ਥੋੜੇ ਸਾਰੇ ਕਾਂਗਰਸ ਚ ਨੇ ਨੌ ਵਿਧਾਇਕ ਕੁਝ ਜਾਣਦੇ ਨੇ ਨਾਨਕੇ ਬਣਾ ਰੱਖੇ ਨੇ ਕਾਂਗਰਸ ਫੇਰ ਆ ਜਾਂਦੇ ਨੇ ਕਾਰਵਾਈ ਨਹੀਂ ਹੁੰਦੀ ਚਾਹੇ ਸੰਧਵਾ ਹੋਵੇ ਚਾਹੇ ਮਾਨਸ਼ਾਹੀਆ ਸਾਹਿਬ ਹੋਵੇ ਆ ਤਿੰਨ ਥੋੜੇ ਹੋਰ ਚਲੇ ਗਏ ਪਰ ਲੋਕ ਹੋਣੇ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਸਿਰਫ ਇੱਕ ਐਮਐਲਏ ਸਪਲਾਇਰ ਹੈ ਕਾਂਗਰਸ ਦੀ ਨੀਲਗਰ ਕਸਾਨੀਆ ਸਾਹਿਬ ਨੀਲਗਰ ਸਾਹਿਬ ਨੀਲਗਰ ਸਾਹਿਬ ਨੀਲਗਰ ਸਾਹਿਬ ਤੁਸੀਂ ਕਲੇਰ ਸਾਹਿਬ ਨੂੰ ਜੋ ਮਰਜ਼ੀ کہہ ਲਿਓ ਸਵਾਲ ਇਹ ਆ ਗਿਆ ਇਹਨਾਂ ਕੋਲ ਤਾਂ ਕਪਤਾਨ ਵੀ ਹੈਗਾ ਲੜਨ ਲਈ ਕਾਂਗਰਸ ਕੋਲੇ ਵੀ ਦੋ ਕਪਤਾਨ ਖੜੇ ਆ ਇੱਕ ਚੁਣ ਲੈਣਗੇ ਉਹ ਕਹਿੰਦੇ ਨੇ ਲੜਨਾ ਤੁਹਾਡੇ ਕੋਲ ਤਾਂ ਕਪਤਾਨ ਹੀ ਹੈ ਨਹੀਂਗਰ ਸਾਹਿਬ ਕਪਤਾਨ ਤਾਂ ਦੇ ਦਿਓ ਕਹਿੰਦੇ ਨੇ ਲੜਨਾ ਤੁਹਾਨੂੰ ਤੁਹਾਨੂੰ ਕਿੰਨੇ ਆਖੇ ਸਾਡੇ ਕੋਲੇ ਕਪਤਾਨ ਹੈ ਨਹੀਂ ਜਦੋਂ ਅਸੀਂ ਜਨਨ ਕਿ ਵਕਤ ਆਏਗਾ ਅਸੀਂ ਕਪਤਾਨ ਵੀ ਦੇਾਂਗੇ ਔਰ ਐਸਾ ਕਪਤਾਨ ਦੇਾਂਗੇ ਜਿੰਨੂੰ ਪੰਜਾਬ ਲਾਈਕ ਕਰੇਗਾ ਐਸਾ ਕਪਤਾਨ ਦੇਾਂਗੇ ਜਿਹਦੀ ਕਪਤਾਨੀ ਦੇ ਵਿੱਚ ਆਮ ਆਦਮੀ ਪਾਰਟੀ ਇਲੈਕਸ਼ਨ ਵੀ ਜਿੱਤੇਗੀ ਔਰ ਸਰਕਾਰ ਵੀ ਬਣਾਏਗੀ ਔਰ ਗੱਲ ਦੂਸਰੀ ਕਿੰਨਾ ਤੁਸੀਂ ਬੋਰਡਾਂ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਬੋਰਡ ਲੱਗੇ ਆ ਪੰਜਾਬ ਦਾ ਕੈਪਟਨ ਇਕੋ ਹਾਂ ਇਹ ਕੈਪਟਨ ਜਿਹੜਾ ਡਿਸਾਈਡ ਕਾਂਗਰਸ ਨੇ ਨਹੀਂ ਕਰਨਾ ਕਿ ਪੰਜਾਬ ਦਾ ਕੈਪਟਨ ਕੌਣ ਹੋਏਗਾ ਡਿਸਾਈਡ ਪੰਜਾਬ ਦੇ ਲੋਕ ਕਰਨਗੇ ਔਰ ਦੂਸਰੀ ਗੱਲ ਜਿਹੜਾ ਪੰਜਾਬ ਦਾ ਇੱਕੋ ਕੈਪਟਨ ਉਹ ਕੈਪਟਨ ਨਹੀਂ ਚਾਹੀਦਾ ਜਿਹੜਾ ਮਾਫੀਆ ਨੂੰ ਜਿਹੜੇ ਕਿਸੇ ਪੁਸ਼ਤਪਨਾਹੀ ਦੇਵੇ ਉਹ ਕੈਪਟਨ ਨਹੀਂ ਚਾਹੀਦਾ ਜਿਹੜਾ ਆਪਣੇ ਵਾਅਦਿਆਂ ਤੋਂ ਮੁਕਰੇ ਉਹ ਕੈਪਟਨ ਨਹੀਂ ਚਾਹੀਦਾ ਜਿਹਦੇ ਅਗਵਾਈ ਦੇ ਵਿੱਚ ਅੱਜ ਵੀ ਇੱਕਸਾਰ ਖੁਦਕੁਸ਼ੀ ਕਰਦੇ ਹੋਣ ਉਹ ਕੈਪਟਨ ਨਹੀਂ ਚਾਹੀਦਾ ਜਿੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਵੇ ਉਹ ਕੈਪਟਨ ਨਹੀਂ ਚਾਹੀਦਾ ਜਿੱਥੇ ਨਸ਼ੇ ਵਿਕਦੇ ਹੋਣ ਉਹ ਕੈਪਟਨ ਨਹੀਂ ਚਾਹੀਦਾ ਜਿਹੜਾ 4.4 ਸਾਲ ਤੋਂ ਆਈਸੋਲੇਸ਼ਨ ਦੇ ਵਿੱਚ ਰਹਿ ਰਿਹਾ ਹੋਵੇ ਉਹ ਕੈਪਟਨ ਨਹੀਂ ਚਾਹੀਦਾ ਪੰਜਾਬ ਨੂੰ ਜ ਆਪਣੇ ਮਹਿਲਾ ਦੇ ਵਿੱਚ ਬੈਠਾ ਹੋ ਗਿਆ ਠੀਕ ਇੱਕ ਮਿੰਟ ਮਿਸਟਰ ਮੰਗੜ ਮਿਸਟਰ ਮੰਗੜ ਗਰਗ ਸਿੰਘ ਸਾਹਿਬ ਤੁਸੀਂ ਕੈਪਟਨ ਵਾਲੀ ਜਿਹੜਾ ਸਲੋਗਨ ਆ ਉਹ ਤਾਂ ਚੱਕ ਲਿਆ ਕੈਪਟਨ ਦੇ ਸਪੋਰਟਰਾਂ ਨੇ ਜਿਹੜਾ ਲਾਇਆ ਇੱਕ ਤੁਸੀਂ ਸਲੋਗਨ ਦਿੱਤਾ ਸੀ ਸਾਰਾ ਪੰਜਾਬ ਕੇ ਜੀਵਾਲ ਦੇ ਨਾਲ ਹਾਂਜੀ ਤੇ ਸਿੱਧੂ ਸਾਹਿਬ ਦੇ ਸਿੱਧੂ ਸਾਹਿਬ ਦੇ ਸਪੋਰਟਰਾਂ ਦਾ ਵੀ ਸਰ ਸਲੋਗਨ ਉਹੀ ਹੈ ਸਾਰਾ ਪੰਜਾਬ ਸਿੱਧੂ ਨਾਲ ਦੇਖੋ ਐਸਾ ਹੈ ਜਦੋਂ ਅਸੀਂ ਇਹ ਸਲੋਗਨ ਦਿੱਤਾ ਸੀ ਸਾਰਾ ਪੰਜਾਬ ਕੇਜਰੀਵਾਲ ਦੇ ਨਾਲ ਬਿਲਕੁਲ ਕੇਜਰੀਵਾਲ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਸਾਥ ਦਿੱਤਾ ਐਸੇ ਕਰਕੇ ਅਸੀਂ ਪ੍ਰਿੰਸੀਪਲ اپੋਜੀਸ਼ਨ ਪਾਰਟੀਆਂ ਸਾਡੀ ਸਰਕਾਰ ਹੁੰਦੀ ਜੇਕਰ ਇਹਨਾਂ ਨੇ ਮਿਲ ਕੇ ਇਲੈਕਸ਼ਨ ਨਾਲ ਲੜਿਆ ਹੁੰਦਾ ਤੁਸੀਂ ਮੈਨੂੰ ਦੱਸੋ ਕੈਪਟਨ ਦਾ ਕੀ ਕੰਮ ਸੀ ਉੱਥੇ ਲੰਬੀ ਦੇ ਵਿੱਚ ਆ ਕੇ ਇਲੈਕਸ਼ਨ ਲੜਨ ਦਾ ਰਵਨੀਤ ਮਿੱਟੂ ਦਾ ਕੀ ਕੰਮ ਸੀ ਜਲਾਲਾ ਦਾ ਬਾਅਦ ਵਿੱਚ ਆ ਕੇ ਇਲੈਕਸ਼ਨ ਲੜਨ ਦਾ ਇਹ ਸਾਰਾ ਪੰਜਾਬ ਜਾਣਦਾ ਅਸੀਂ ਤੇ ਕਹਿ ਰਹੇ ਆ ਅਕਾਲੀ ਦਲ ਦੇ ਆਪਣੇ ਲੀਡਰ ਕਹਿੰਦੇ ਰਹੇ ਨੇ ਕਾਂਗਰਸ ਦੇ ਆਪਣੇ ਲੀਡਰ ਔਨ ਕੈਮਰਾ ਇਹ ਕਹਿੰਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਇਹ ਗੜੀਆਂ 2017 ਜਿਹੜੀ ਗਲਤੀ ਹੋ ਗਈ ਪੰਜਾਬ ਦੇ ਲੋਕ ਨਹੀਂ ਸਮਝ ਸਕੇ ਉਹ ਅੱਜ ਉਹ ਸਾਰਾ ਇੱਚੀ ਸਮਝਦੇ ਹੋਣੇ ਗਲਤੀ ਹੋਣ ਵਾਲੀ ਨਹੀਂ ਹੈ ਨੀਰਲਲ ਸਾਹਿਬ ਇੱਕ ਸਵਾਲ ਤੁਸੀਂ ਛੱਡ ਜਾਂਦੇ ਹੋ ਹਰ ਵਾਰ ਤੇ ਕਾਂਗਰਸ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਹੈ ਤੁਸੀਂ ਵਾਰ-ਵਾਰ ਕਹਿੰਦੇ ਬੇਅਦਬੀ ਮੁੱਦੇ ਤੇ ਇਹਨਾਂ ਨੇ ਇਨਸਾਫ ਨਹੀਂ ਦੇਣਾ ਅਸੀਂ ਦਵਾਂਗੇ ਜਦੋਂ ਅਸੀਂ ਆਵਾਂਗੇ ਤੁਸੀਂ ਮੋੜ ਮੰਡੀ ਦੀ ਗੱਲ ਕਿਉਂ ਨਹੀਂ ਕਰਦੇਗੇ ਨੀਰਲਲ ਸਾਹਿਬ ਅਸੀਂ ਮੌੜ ਮੰਡੀ ਤੇ ਲਗਾਤਾਰ ਗੱਲ ਕਰਦੇ ਆਂ ਸੀ ਹਰ ਇਨਸਾਨ ਦੀ ਗੱਲ ਕਰਦੇ ਆਂ ਤੁਸੀਂ ਮੌੜ ਮੰਡੀ ਨੂੰ ਆਈਸੋਲੇਸ਼ਨ ਦੀ ਗੱਲ ਕਰਦੇ ਹੋ ਅਸੀਂ ਕਹਿੰਨੇ ਆਂ ਕਿ ਜਿਹੜਾ ਹੈਗਾ ਕਾਨੂੰਨ ਜਿਹੜਾ ਸਭ ਲਈ ਬਰਾਬਰ ਹੈਗਾ ਔਰ ਕਾਨੂੰਨ ਦੇ ਵਿੱਚ ਲੋਕ ਮੰਗਦੇ ਕੀ ਹੈ ਬੇਅਦਬੀ ਦੇ ਮਾਮਲੇ 'ਚ ਲੋਕ ਕੀ ਮੰਗਦੇ ਆਂ ਲੋਕੀ ਇਹੀ ਤਾਂ ਕਹਿੰਦੇ ਆ ਨਾ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਸਜ਼ਾ ਦਿਓ ਕੋਈ ਇਹ ਤਾਂ ਨਹੀਂ ਕਹਿੰਦਾ ਕਿ ਨਿਰਦੋਸ਼ ਨੂੰ ਸਜ਼ਾ ਦਿਓ ਤੇ ਅਸੀਂ ਤਾਂ ਇਹੀ ਕਹਿ ਰਿਹਾ ਕਿ ਇਹਨਾਂ ਦੇ ਵਿੱਚ ਦਮ ਨਹੀਂ ਹੈਗਾ ਕਿਉਂਕਿ ਇਹਨਾਂ ਦੀ ਭਾਈਵਾਲੀ ਹੈਗੀ ਐ ਇਸ ਪੁਸ਼ਤ ਪਨਾਹੀ ਕਰਦੇ ਆਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਅਸੀਂ ਮਾਫੀਆ ਨੂੰ ਵੀ ਗੱਲਾਂ ਫੜ ਕੇ ਅੰਦਰ ਟੱਕਾਂਗੇ ਔਰ ਜਿਹੜੀਆਂ ਬੇਅਦਬੀ ਹੋਈਆਂ ਇਹਦੇ ਦੋਸ਼ਾਂ ਨੂੰ ਵੀ ਕਾਨੂੰਨ ਦੇ ਮਤਾਬਕ ਸਜ਼ਾ ਦੇਾਂਗੇ ਠੀਕ ਹੈ ਹਾਂ ਮਿਸਟਰ ਵਾਂਗਟ ਕੇਪੀਜੀ 4 ਪੁਆਇੰਟ ਕਹੂੰਗਾ ਪਹਿਲੀ ਗੱਲ ਤੇ ਗਰਗਸ਼ਾ ਭੁੱਲ ਗਏ ਮਾਫੀ ਬੜੀ ਛੇਤੀ ਮੰਗ ਲੈਂਦੇ ਆ ਦੂਜੀ ਗੱਲ ਮਾਫੀ ਕਿਉਂ ਮੰਗਦੇ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਤੁਹਾਨੂੰ ਨਹੀਂ ਨਿਰਗਤੀ ਨਿਰਗਤੀ ਇੱਕ ਨਹੀਂ ਜੇ ਤੁਸੀਂ ਗਲਤ ਬੋਲ ਲਵਾਂਗਾ ਮੈਂ ਵਿੱਚ ਬੋਲਾਂਗਾ ਨਹੀਂ ਕਿਸੇ ਕਿਸੇ ਦੀ ਨਿਰਗਤੀ ਤੁਹਾਡੀ ਤੁਹਾਡੀ ਆਬਜੈਕਸ਼ਨ ਆ ਗਈ ਆ ਗਈ ਆ ਹਾ ਮਿਸਟਰ ਮੰਗਟ ਦੂਜੀ ਦੂਜੀ ਗੱਲ ਗਰਗ ਸ਼ਾਹ ਨੇ ਗੜਾਤੀਆਂ ਬਣਾ 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 ਗਰਗ ਸ਼ਾਹ ਇਹ ਦੱਸਣਾ ਭੁੱਲ ਗਏ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੇ ਇਹਨਾਂ ਨੇ ਮੈਡੀਕਲ ਉਹਦੇ ਤੇ ਇਨਫਰਾਸਟ੍ਰਕਚਰ ਤੇ ਪੈਸਾ ਘੱਟ ਖਰਚਿਆ ਤੇ ਐਡਵਰਟਾਈਜ਼ਮੈਂਟ ਤੇ ਜ਼ਿਆਦਾ ਖਰਚਿਆ ਤੀਜਾ ਪੁਆਇੰਟ ਔਨ ਰਿਕਾਰਡ ਕਹਿ ਰਹੇ ਆ ਜੀ ਮਾਲਵੇ ਚੋਂ 2017 ਦੇ ਇਲੈਕਸ਼ਨ ਦੀ ਗੱਲ ਦੱਸਦਾ ਇਹਨਾਂ ਦਾ ਐਮਐਲਏ ਕੈਂਡੀਡੇਟ ਮੈਂ ਬਸ ਨਾ ਨਹੀਂ ਲੈਣਾ ਉਹ ਮੇਰੇ ਨਾਲ ਬੈਠ ਕੇ ਮੈਨੂੰ ਕਹਿੰਦਾ ਜਿਹੜੀ ਗੱਲ ਗਰਕ ਸਾਹਿਬ ਕਹਿ ਕੇ ਹਟੇ ਇਹ ਤਾਂ ਆਪਸ ਚ ਸੈਟਿੰਗ ਵਾਲਾ ਮੈਚ ਖੇਲਦੇ ਆ ਮੈਂ ਕਿਹਾ ਵੀ ਕੀ ਹੋ ਗਿਆ ਤੇ ਮੈਨੂੰ ਦੱਸਾ ਕੀ ਗੱਲ ਆਖੀ ਕਿ ਦੇਖੋ ਕੈਪਟਨ ਦਾ ਗ੍ਰੈਂਡਸਨ ਤੇ ਬਾਦਲ ਦੀ ਪੋਤੀ ਦਾ ਰਿਸ਼ਤਾ ਹੋ ਗਿਆ ਮੇਰੇ ਤਾਂ ਫਿਊਜ਼ ਉੜ ਗਏ ਮੈਂ ਕਿਹਾ ਵੀ ਕੌਣ ਹੈ ਫੋਟੋ ਦਿਖਾਈ ਨਿਰਵਾਨ ਦੀ ਤੇ ਜੰਮੂ ਕਸ਼ਮੀਰ ਵਾਲੇ ਅਮਰ ਆਪਣੇ ਕਰਨ ਸਿੰਘ ਦੀ ਗ੍ਰੈਂਡ ਡਾਟਰ ਦੀ ਇਹ ਇਸ ਲੈਵਲ ਤੱਕ ਝੂਠ ਬੋਲਦੇ ਲੋਕ ਨੇ ਤੇ ਇਹ ਇਹਨਾਂ ਦੇ ਐਮਐਲਏ ਕੈਂਡੀਡੇਟ ਦੀ ਗੱਲ ਹੈ ਸੋ ਮੈਂ ਇਹ ਬੇਨ ਨਹੀਂ ਨੀ ਨੀ ਇੱਕ ਮਿੰਟ ਮੰਗੜ ਸਾਹਿਬ ਮੰਗੜ ਸਾਹਿਬ ਮੰਗੜ ਸਾਹਿਬ ਮੰਗੜ ਸਾਹਿਬ ਚਲੋ ਉਹ ਤੁਹਾਡੇ ਤੁਹਾਡੇ ਨੀ 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 ਨੀਜੀ ਤਰ੍ਹਾਂ ਦੇ ਆਉਣਗੇ ਸਾਨੂੰ ਨਹੀਂ ਪਤਾ ਹੁੰਦਾ ਤੁਹਾਡੇ ਕੋਲ ਸਬੂਤ ਕੀ ਹੈਗਾ ਮੰਗੜ ਸਾਹਿਬ ਸਵਾਲ ਇਹ ਹੈਗਾ ਮੰਗੜ ਸਾਹਿਬ ਸਵਾਲ ਇਹ ਹੈਗਾ ਜੋ ਤੁਸੀਂ ਸੱਤਾ ਵਿੱਚ ਆਏ ਸੀ ਮਿਸਟਰ ਗਰਗ ਇੱਕ ਮਿੰਟ ਰੁਕ ਜੋ ਜੋ ਤੁਸੀਂ ਸੱਤਾ ਵਿੱਚ ਆਏ ਤੁਸੀਂ ਕਹਿ ਕੇ ਆਏ ਸੀਗੇ ਅਸੀਂ ਬਾਹੋਂ ਫੜ ਕੇ ਅੰਦਰ ਅੰਦਰ ਇਹਨਾਂ ਨੂੰ ਦੇ ਦੇਵਾਂਗੇ ਸਰ ਉਹ ਕਾਂਗਰਸ ਵਾਲੇ ਤੁਹਾਨੂੰ ਸਵਾਲ ਖੜੇ ਕਰਦੇ ਪਏ ਛੱਡੋ ਨਾ ਵਿਰੋਧੀਆਂ ਨੂੰ ਇਹ ਚਾਹ ਜਿੰਨਾ ਮਰਜ਼ੀ ਕਰੀ ਜਾਣ ਤੁਸੀਂ ਫ੍ਰੈਂਡਸ਼ਿਪ ਮੈਚ ਖੇਡਦੇ ਹੋ ਤੁਸੀਂ ਸਰ ਇਨਸਾਫਤਾ ਦੋ ਨਾ ਪੰਜਾਬ ਦੇ ਲੋਕਾਂ ਨੂੰ ਮੈਂ ਕਹਾ ਕੇਪੀ ਜੀ ਬਿਲਕੁਲ ਦੇਵਾਂਗੇ ਹਾਂ ਕਿੰਨੀ ਕਿੰਤਜ਼ਾਰ ਕਿੰਨੇ ਕਿ ਵੇਟ ਕਰਨੀ ਪੂ ਸਰ ਕਿੰਨਾ ਕਿ ਵੇਟ ਕਰਨਾ ਪੂ ਹੈ ਅ ਰਿਸਿਊ ਪ੍ਰੋਸੈਸ देयर इज ਅ ਡਿਊ ਪ੍ਰੋਸੈਸ ਉਹਨੂੰ ਫੋਲੋ ਕਰਕੇ ਬਿਲਕੁਲ ਦੇਵਾਂਗੇ ਔਰ ਇੱਕ ਪੋਗਲ ਸਾਹਿਬ ਤੁਹਾਵਾ ਤੇ ਠੀਕ ਹੈ ਠੀਕ ਹੈ ਸਰ ਪੋਗਲ ਸਾਹਿਬ ਮੈਂ ਇੱਕ ਮਿੰਟ ਮਿਸਟਰ ਮੰਗੜ ਇੱਕ ਮਿੰਟ ਪਲੀਜ਼ ਇੱਕ ਮਿੰਟ ਪੋਗਲ ਸਾਹਿਬ ਪੋਗਲ ਸਾਹਿਬ ਇੱਕ ਮਿੰਟ ਪਲੀਜ਼ ਇੱਕ ਮਿੰਟ ਮਿਸਟਰ ਮੰਗੜ ਮੈਂ ਆ ਰਿਹਾ ਸਰ ਆਖਰੀ ਸੈਗਮੈਂਟ ਵਿੱਚ ਮਿਲਣਾ ਆਪਾਂ ਨੂੰ ਉਹਦੇ ਵਿੱਚ ਗੱਲ ਕਰਾਂਗੇ ਪੋਗਲ ਸਾਹਿਬ ਹੁਣ ਜਦੋਂ ਮੈਚ ਖਤਮ ਹੋਣ ਵਾਲਾ ਹੁੰ ਜੋ ਜਿਹੜੀ ਟੀਮ ਹਾਰਦੀ ਹੁੰਦੀ ਹੈ ਜਿੱਤਦੀ ਹੁੰਦੀ ਹੈ ਉਹ ਅਟੈਕ ਕਰਦੀ ਹੈ ਡੀ ਦੇ ਕੋਲ ਆ ਕੇ ਖੜੀ ਹੋ ਜਾਂਦੀ ਹੈ ਹੁਣ ਕਾਂਗਰਸ ਦਾ ਮੈਚ ਖਤਮ ਹੋਣ ਵਾਲਾ ਹੈ ਵਿਰੋਧੀ ਸਾਰੇ ਡੀ ਦੇ ਕੋਲੇ ਖੜੇ ਆ ਇਹਨਾਂ ਦੇ ਆਪ ਦੇ ਵਿਰੋਧੀ ਵੀ ਡੀ ਕੋਲੇ ਆ ਕੇ ਖੜੇ ਆ ਕਾਂਗਰਸ ਅਜੇ ਵੀ ਕਹਿੰਦੀ ਹੈ ਜਿੱਤਾਂਗੇ ਅਸੀਂ ਇਹ ਸਰ ਕਿਵੇਂ ਪੋਸੀਬਲ ਹੈ ਹਾਂ ਨਹੀਂ ਪੋਸੀਬਲ ਕਿਉਂਕਿ کافی ਅਰਸਾ ਗੁਜ਼ਰ ਗਿਆ ਜਦੋਂ ਬਿਲਕੁਲ ਜੋ ਕੁਝ ਕੀਤਾ ਜਾ ਸਕਦਾ ਸੀ ਬਹੁਤ ਕੁਝ ਕੀਤਾ ਜਾ ਸਕਦਾ ਸੀ ਉਹ ਉਸ ਵੇਲੇ ਕਿਸੇ ਨੇ ਕੁਝ ਨਹੀਂ ਕੀਤਾ ਮੈਂ ਸਿਰਫ ਕਾਂਗਰਸ ਨੂੰ ਨਹੀਂ ਕਹੂੰਗਾ ਕਾਂਗਰਸ ਨੇ ਆਪਣਾ ਫਰਜ਼ ਨਹੀਂ ਨਿਭਾਇਆ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਆਪਣਾ ਚੰਗੀ ਤਰ੍ਹਾਂ ਫਰਜ਼ ਆਪੋਜੀਸ਼ਨ ਪਾਰਟੀ ਦਾ ਨਹੀਂ ਨਿਭਾਇਆ ਔਰ ਸੋ ਇਜ਼ ਦ ਕੇਸ ਵਿਦ ਅਕਾਲੀ ਦਲ ਉਹਨਾਂ ਨੇ ਵੀ ਆਪਣਾ ਕੋਈ ਜੋੜਾ ਰੋਲ ਹੈ ਕੋਈ ਬਹੁਤ ਅੱਛਾ ਨਹੀਂ ਪਲੇ ਕੀਤਾ ਪੋਲਿਟੀਕਲ ਲੋਗਾਂ ਨੇ ਸਿਰਫ ਆਪਣੀ ਪਾਵਰ ਪੋਲਿਟਿਕਸ ਨੂੰ ਜਿਹੜੇ ਇਕੁਏਸ਼ਨਸ ਹੈ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੀ ਤਾਂ ਗੱਲ ਕੀਤੀ ਨਹੀਂ ਕਿਸੇ ਦਾ ਅਜੰਡਾ ਪੰਜਾਬ ਨਹੀਂ ਹੈਗਾ ਸਿਰਫ ਕੁਰਸੀ ਹੈ ਨਹੀਂ ਹੈਗਾ ਪਾਵਰ ਪੋਲਿਟਿਕਸ ਹੈ ਸਿਰਫ ਪਾਵਰ ਪੋਲਿਟਿਕਸ ਗਰਗ ਸਾਹਿਬ ਨੇ ਗੱਲ ਕਹੀ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਦਾ ਪਾਰਟ ਸਾਥ ਦਿੱਤਾ ਬਿਲਕੁਲ ਦਿੱਤਾ 24% ਤੋਂ ਉੱਪਰ ਵੋਟਾਂ ਪਈਆਂ ਲੇਕਿਨ ਮੈਂ ਇਹ ਕਹੂੰਗਾ ਐਜ਼ ਅ ਨਿਊਟਰਲ অবজারভার ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਦਿੱਤਾ ਵੀ ਐਮਐਲਏ ਸੀਗੇ ਆਪੋਜੀਸ਼ਨ ਦਾ ਜੋ ਰੋਲ ਉਹ ਪਲੇ ਕਰ ਸਕਦੇ ਸੀ ਇਸ ਗਵਰਨਮੈਂਟ ਨੂੰ ਜਿਸ ਤਰ੍ਹਾਂ ਉਹ ਟੰਕੇ ਰੱਖ ਸਕਦੇ ਸੀ ਉਹ ਬਿਲਕੁਲ ਨਹੀਂ ਕੀਤਾ ਗਿਆ ਇਹ ਬਹੁਤ ਬੜੀ ਪ੍ਰੋਬਲਮ ਹੈ ਠੀਕ ਹੈ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਆਵਾਂਗੇ ਪੰਜਾਬ ਦਾ ਕੈਪਟਨ ਹੋਣਾ ਕੌਣ ਚਾਹੀਦਾ ਪੰਜਾਬ ਨੂੰ ਸਿਰ ਕਪਤਾਨ ਦੀ ਲੋੜ ਹੈਗੀ ਹੈ ਜਾਂ ਪੰਜਾਬ ਨੂੰ ਉਹੋ ਜਿਹਾ ਕਪਤਾਨ ਦੀ ਲੋੜ ਹੈ ਜਿੰਦੇ ਕੋਲੇ ਇੱਕ ਟੀਮ ਹੋਵੇ ਜਿਹੜਾ ਪੰਜਾਬ ਬਾਰੇ ਸੋਚ ਸਕਦਾ ਹੋਵੇ ਪੰਜਾਬ ਦੇ ਵਿੱਚ ਮਾਫੀਆ ਰਾਜ ਖਤਮ ਕਰ ਸਕਦਾ ਹੋਵੇ ਜਿਹੜਾ ਪੰਜਾਬ ਦੇ ਵਿੱਚ ਗੁੰਡਾ ਤੱਤਰ ਆ ਉਸ ਨੂੰ ਖਤਮ ਕਰ ਸਕਦਾ ਹੋਵੇ ਜਿੰਦੇ ਵਿੱਚ ਹਿੰਮਤ ਹੋਵੇ ਫੈਸਲੇ ਲੈਣ ਦੀ ਪੰਜਾਬ ਨੂੰ ਇਹੋ ਜਿਹਾ ਕਿਹੜਾ ਕਪਤਾਨ ਮਿਲ ਸਕਦਾ ਵਾਪਸ ਆ ਕੇ ਸਵਾਲ ਹੋਵੇਗਾ ਜਰੂਰ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲਿਕੋ ਪੁੱਛਣਾ ਹੈ ਕਾਂਗਰਸ ਦੀ ਕਲੇਸ਼ੀ ਰਿਪੋਰਟ ਹਾਈ ਕਮਾਂਡ ਅੱਗੇ ਪੇਸ਼ ਹੁੰਦੇ ਹਨ ਪ੍ਰਗਟ ਸ੍ਰ ਮੈਦਾਨ ਚ ਕਿਉਂ ਆਏ ਅ 80 ਸੈਂਕਲਰ ਪੰਜਾਬ ਜਿਹੜੇ ਅਜਮਾਏ ਹੋਏ ਕਪਤਾਨ ਆ ਉਹਨਾਂ ਦੇ ਸਹਾਰੇ ਅੱਗੇ ਵਧੇ ਜਾਂ ਕੋਈ ਨਵਾਂ ਕਪਤਾਨ ਆ ਜਿਹੜਾ ਪੰਜਾਬ ਨੂੰ ਸਾਂਭੇ ਜਿੰਦੀ ਇੱਕ ਨਵੀਂ ਟੀਮ ਹੋਵੇ ਨਵੀਂ ਸੋਚ ਹੋਵੇ ਕਿ ਭੀ ਜੀ ਗੱਲ ਕੀ ਹੈ ਕਿ ਪੰਜਾਬ ਭਰੀ ਪਾਤੀ ਜਾਣਦਾ ਔਰ ਪੰਜਾਬ ਕੰਮ ਦੇਖਦਾ ਪੰਜਾਬ ਨੇ ਕੰਮ ਦੇਖੇ ਨੇ ਔਰ ਜਿਨ੍ਹਾਂ ਨੇ ਪਰਫਾਰਮ ਕੀਤਾ ਸੋ ਪੰਜਾਬ ਪਹਿਲਾ ਇੱਕ ਵਾਰ 2017 ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਸ ਟਾਈਮ ਗੁਟਕਾ ਸਾਹ ਹੱਥ 'ਚ ਫੜਨਾ ਆਪਦੇ ਆਪ ਦੇ ਵਿੱਚ ਐਡੀ ਵੱਡੀ ਗੱਲ ਸੀ ਕਿ ਲੋਕਾਂ ਨੂੰ ਯਕੀਨ ਕਰ ਲਿਆ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਵੀ ਆਮ ਤੌਰ ਤੇ ਲੜਾਈ ਪੈ ਜਾਂਦੀ ਹੈ ਨਾ ਤਾਂ ਇਸ ਗੱਲ ਤੇ ਮੁੱਕਦੀ ਹੈ ਕਿ ਤੂੰ ਸੌ ਚੱਕ ਲੈ ਜਦੋਂ ਸੌ ਹੀ ਚੱਕ ਲੀ ਅਮਰਿੰਦਰ ਸਿੰਘ ਨੇ ਕਿ ਘਰ ਘਰ ਨੌਕਰੀ ਦੇਾਂਗੇ ਪੂਰਨ ਕਰਜ਼ਾ ਮਾਫੀ ਕਰ ਦੇਾਂਗੇ ਇਹ ਚੀਜ਼ਾਂ ਨਾਲ ਸਰਕਾਰ ਬਣਾਈ ਔਰ ਲੋਕਾਂ ਨਾਲ 420 ਕੀਤੀ ਸੀ ਉਹ ਲੋਕਾਂ ਨੂੰ ਸਮਝ ਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕਰਕੇ ਦਿਖਾਏ ਨੇ ਕੰਮ ਧਰਤ ਦੇ ਉੱਤੇ ਬੋਲਦੇ ਨੇ ਚਾਹੇ ਮੰਡੀਕਰਨ ਸਿਸਟਮ ਹੋਵੇ ਚਾਹੇ ਕਿਸਾਨਾਂ ਦੇ ਫਾਇਦੇ ਦੇ ਕਦਮ ਹੋਣ ਹਰ ਚੀਜ਼ ਲੋਕਾਂ ਨੂੰ ਸਹੂਲਤਾਂ ਫਰੀ ਬਿਜਲੀ ਜਿਹੜਾ ਕਪਤਾਨ ਆ ਪੰਜਾਬ ਨੂੰ ਚਲਾ ਸਕਦਾ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਚੰਗੀ ਸਰਕਾਰ ਪਹਿਲਾਂ ਵੀ ਦਿੱਤੀ ਹੈ ਅੱਗੇ ਵੀ ਦੇ ਸਕਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬੀਜੇਪੀ ਤੋਂ ਬਿਨਾ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਆਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਦੀ ਸੀ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਉਰੇ ਵੱਡੀ ਪਾਰਟੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਰਹੀ ਹੈ ਨੀਲਗਰਵ ਸਾਹਿਬ ਦੱਸੋ ਸਰ ਕਿਹੜਾ ਕਪਤਾਨ ਪੰਜਾਬ ਨੂੰ ਚਲਾ ਸਕਦਾ ਕਿਹੜੇ ਕਪਤਾਨ ਕੋਲੇ ਇੱਕ ਸਿਹਰਦ ਟੀਮ ਹੋਵੇ ਚਾਹੇ ਉਹ ਸਰ ਕਾਂਗਰਸ ਵਿੱਚ ਹੋਵੇ ਕਪਤਾਨ ਮੈਨੂੰ ਕੋਈ ਦਿੱਕਤ ਨਹੀਂ ਸਾਨੂੰ ਨਹੀਂ ਲੱਗ ਰਿਹਾ ਸਾਬ ਤੁਹਾਡੇ ਕੋਲ ਕਪਤਾਨ ਨਹੀਂ ਹੈਗਾ ਇਸ ਵੇਲੇ ਕੋਈ ਦਿੱਕਤ ਨਹੀਂ ਬੋਲੋ ਸਰ ਨਹੀਂ ਇਹ ਇਹ ਤੁਹਾਡੀ ਜਨਨ ਕਿ ਸੋਚ ਨਹੀਂ ਹੋ ਸਕਦੀ ਸਾਡੇ ਕੋਲੇ ਕਪਤਾਨ ਹੈ ਨਹੀਂ ਅੱਜ ਦੱਸੋ ਸਾਰਾ ਅੱਜ ਫੋਲ ਦੋ ਪੱਤੇ ਸਰ ਗਰਗਪਾਪ ਤੁਹਾਨੂੰ ਸਾਰੇ ਲੋਕ ਸੁਣਦੇ ਪਏ ਬੋਲੋ ਤੇ ਦੱਸ ਦਾਂਗੇ ਮੈਂ ਤੁਹਾਡੇ ਕਹਿਣ ਤੇ ਤੁਹਾਡੇ ਚੈਨਲ ਤੇ ਥੋੜਾ ਪੱਤੇ ਖੋਲਣੇ ਆ ਕਿਹੜੇ ਚੈਨਲ ਤੇ ਬੋਲਣੇ ਸਰ ਉੱਥੇ ਦੱਸੋ ਕਿ ਪੱਤੇ ਖੋਲਣ ਉਹਨਾਂਗੇ ਜੀ ਖੋਲ ਦਿਆਂਗੇ ਕਿਹੜੇ ਤੇ ਗੱਲ ਕਰ ਲੈਂਦਾ ਤੁਸੀਂ ਆਪਣਾ ਸਵਾਲ ਤੁਸੀਂ ਆਪਣਾ ਸਵਾਲ ਪੁੱਛ ਲਿਆ ਤੇ ਮੈਨੂੰ ਆਪਣਾ ਜਵਾਬ ਦੇ ਦੇ ਦਿਓ ਬੋਲੋ ਬੋਲੋ ਸਰ ਸਵਾਲ ਪੁੱਛਣਾ ਹੱਕ ਹੈ ਜਵਾਬ ਦੇਣਾ ਮੈਨੂੰ ਹੱਕ ਹੈ ਬੋਲੋ ਸਰ ਕਪਤਾਨ ਦੱਸੋ ਅੱਜ ਬਿਲਕੁਲ ਦੱਸਾਂਗਾ ਅੱਜ 3.5 ਪਿਛਲੇ 70 ਸਾਲਾਂ 'ਚ ਚੜ੍ਹਿਆ ਹੈਗਾ ਇਹੀ ਉਹ ਪਾਰਟੀਆਂ ਸੀ ਪਰਖੇ ਹੋਏ ਆਲਰੇਡੀ ਹੈਗੇ ਆ ਅੱਜ ਪੰਜਾਬ 'ਚ ਮਾਫੀਆ ਚੱਲ ਰਿਹਾ ਹੈ ਇਹ ਮਾਫੀਆ ਕਿੰਨੇ ਚਲਾਤਾ ਅੱਜ ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਦੇ ਦੇ ਨਾਲ ਲੋਕਾਂ ਦੀ ਜੇਬਾਂ ਕੱਟੀਆਂ ਜਾ ਰਹੀਆਂ ਆ ਅੱਜ ਪੰਜਾਬ 'ਚ ਕਿਸਾਨਾਂ ਦੀਆਂ ਲਗਾਤਾਰ ਖੁਦਕਸ਼ੀਆਂ ਹੋ ਰਹੀਆਂ ਆ ਬੇਰੁਜ਼ਗਾਰੀ ਦੇ ਵਿੱਚ ਬੇਤਹਾਸ਼ਾ ਵਾਅਦਾ ਹੋ ਰਿਹਾ ਇਹ ਇਹੀ ਪਰਖੇ ਹੋਏ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਚਿਹਰਿਆਂ ਦੀ ਗੱਲ ਕਰ ਰਹੇ ਹੋ ਚਾਹੇ ਉਹ ਅਕਾਲੀ ਦਲ ਹੋਵੇ ਤੇ ਚਾਹੇ ਕਾਂਗਰਸ ਹੋਵੇ ਪੰਜਾਬ ਨੂੰ ਉਸ ਸ਼ਖਸ ਦੀ ਜ਼ਰੂਰਤ ਹੈਗਾ ਜਿਹੜਾ ਪੰਜਾਬ ਨੂੰ ਅੱਜ ਦੇ ਹਾਲਾਤਾਂ ਤੋਂ ਬਾਹਰ ਕੱਢ ਸਕਦਾ ਹੋਵੇ ਜਿਹੜਾ ਮਾ ਕਰਜ਼ਾ ਮੁਕਤ ਕਰਵਾ ਸਕਦਾ ਹੋਵੇ ਜਿਹੜਾ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਨੱਥ ਪਾ ਸਕਦਾ ਹੋਵੇ ਜਿਹੜਾ ਪੰਜਾਬ 'ਚ ਨਸ਼ਾ ਨੂੰ ਖਤਮ ਕਰ ਸਕਦਾ ਹੋਵੇ ਜਿਹੜਾ ਪੰਜਾਬ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਸਕਦਾ ਹੋਵੇ ਇਹੋ ਜਿਹਾ ਕਪਤਾਨ ਸਿਰਫ ਤੇ ਸਿਰਫ ਪੰਜਾਬ ਦੇ ਆਵਾਜ਼ ਦੀ ਪਾਰਟੀ ਦੇ ਸੰਗਤੀ ਬਹੁਤ ਦੂਰ ਦੀ ਗੱਲ ਹੈ ਜੀ ਗਰਗ ਸਿੰਘ ਸਾਹਿਬ ਗਰਗ ਸਾਹਿਬ ਕਾਂਗਰਸ ਵਿੱਚ ਕੋਈ ਆਰਿਆ ਕਾਂਗਰਸ ਗਰਕ ਸਾਹਿਬ ਕਾਂਗਰਸ ਵਿੱਚ ਕੋਈ ਇਹੋ ਜਿਹਾ ਕਪਤਾਨ ਤਾਂ ਨਜ਼ਰ ਆ ਰਿਹਾ ਸ਼ਰਮਣੀ ਕਲਦਲ ਚ ਇਹੋ ਜਿਹਾ ਕਪਤਾਨ ਕਾਂਗਰਸ ਦੇ ਵਿੱਚ ਦੇਖੋ ਕੋਈ ਵੀ ਪਾਰਟੀ ਨਹੀਂ ਕਿ ਸਾਰੇ ਦੀ ਸਾਰੀ ਪਾਰਟੀ ਮਾੜੀ ਹੁੰਦੀ ਹੈ ਕੁਝ ਅੱਛੇ ਲੋਕ ਦੀ ਹੁੰਦੇ ਆ ਪਰ ਉਹਨਾਂ ਦੀ ਉੱਥੇ ਸਰਵਾਈ ਨਹੀਂ ਹੁੰਦੀ ਅਸੀਂ ਤਾਂ ਇਸੇ ਕਰਕੇ ਕਹਿੰਦੇ ਆ ਜਦੋਂ ਹੁਣ ਕਾਂਗਰਸ ਦੇ ਵਿੱਚ ਰੌਲਾ ਪਾ ਰਹੇ ਨੇ ਪ੍ਰਗਟ ਸਿੰਘ ਹੋਰੀ ਹੈ ਨਵਜੋਤ ਸਿੰਘ ਸਿੱਧੂ ਹੋਰੀ ਹੈ ਅਸੀਂ ਤਾਂ ਲਗਾਤਾਰ ਇਹਨਾਂ ਨੂੰ ਆਖਿਆ ਜੇਕਰ ਤੁਸੀਂ ਵਾਕਈ ਦਿਲੋਂ ਚਾਹੁੰਦੇ ਹੋ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ ਲਈ ਕੁਝ ਕਰਨਾ ਪਰ ਉਹ ਛੱਡੋ ਯਾਰ ਕਿੱਥੇ ਬੈਠੇ ਹੋ ਬਹੁਤ ਟਰਾਈ ਕਰ ਲਿਆ ਤੁਹਾਡੀ ਜਿਹੜੇ ਪੰਜਾਬ ਦਾ ਭਲਾ ਕਰ ਸਕਦੇ ਹੋ ਆਜੋ ਇਕੱਠੇ ਮਿਲ ਕੇ ਲੜਾਂਗੇ ਯਾਨੀ ਕਿ ਸਿੱਧੂ ਸਾਹਿਬ ਚੰਗੇ ਕਪਤਾਨ ਸਾਬਤ ਹੋ ਸਕਦੇ ਆ ਪੰਜਾਬ ਦੇ ਲਈ ਬਿਲਕੁਲ ਹੋ ਸਕਦੇ ਆ ਤੁਸੀਂ ਵੀ ਹੋ ਸਕਦੇ ਹੋ ਤੁਸੀਂ ਕਿਹੜੇ ਹੋ ਸਕਦੇ ਆ ਗਰਗ ਸਾਹਿਬ ਗਰਗ ਸਾਹਿਬ ਥੈਂਕ ਯੂ ਥੈਂਕ ਯੂ ਤੁਸੀਂ ਮੇਰਾ ਸਵਾਲ ਦਾ ਜਵਾਬ ਦਿੱਤਾ ਮੰਗੜ ਸਾਹਿਬ ਇੱਕ ਚੰਗਾ ਕਪਤਾਨ ਕਿਹੜਾ ਹੋਣਾ ਚਾਹੀਦਾ ਪੰਜਾਬ ਦੇ ਲਈ ਕੈਪਟਨ ਮਨਿੰਦਰ ਸਿੰਘ ਨੂੰ ਜਮਾਲਿਆ ਸਾ ਸਾਰਿਆਂ ਨੇ ਹੁਣ ਨਵਾਂ ਕਪਤਾਨ ਦੱਸੋ ਸਰ ਮੰਗੜ ਸਾਹਿਬ ਹੈ ਕੋਈ ਕਾਂਗਰਸ ਕੋਲੇ ਦੇਖੋ ਜੀ ਕਪਤਾਨ ਤੇ ਸਾਡੇ ਕੋਲ ਸਾਰੇ ਹੈਗੇ ਆ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਨਹੀਂ ਸਰ ਜਿਆਦਾ ਕਪਤਾਨ ਇੱਕ ਮਿੰਟ ਇੱਕ ਮਿੰਟ ਮਾਗੜ ਸਾਹਿਬ ਇੱਕ ਮਿੰਟ ਮਾਗੜ ਸਾਹਿਬ ਜੇ ਜੇ ਮਾਗੜ ਸਾਹਿਬ ਮਾਗੜ ਸਾਹਿਬ ਜੇ ਜੇ ਸਪੋਰਟ ਸਰ ਸੁਣੋ ਨਾ ਸਰ ਸੁਣ ਲੋ ਮਾਗੜ ਸਾਹਿਬ ਸੁਣ ਲੋ ਜੇ ਜੇ ਸਪੋਰਟਸ ਨੂੰ ਫੋਲੋ ਕਰਦੇ ਹੋ ਨਾ ਸਰ ਜੇ ਟੀਮੇ ਜਿਆਦਾ ਕਪਤਾਨ ਹੁੰਦੇ ਨਾ ਸਰ ਮਰਦੀ ਮਰਦੀ ਆ ਉਹੀ ਹਾਲ ਹੈ ਕੇ ਪੀ ਜੀ ਕੇ ਪੀ ਜੀ ਇਦਾਂ ਆ ਤੁਸੀਂ ਪਹਿਲਾ ਸਵਾਲ ਪੁੱਛਿਆ ਸੀਗਾ ਇੱਕ ਆਪਣੇ ਸੌਰੀ ਬਗਲ ਸਾਹਿਬ ਨੇ ਕਹਿ ਸੀਗਾ ਵੀ ਜੇ ਜੇ ਦੀ ਮਤਲਬ ਜਿਹਨੂੰ ਬਿਠਾ ਦੇਣਗੇ ਅੱਗੇ ਤੇ ਲੋਕ ਉਧਰ ਸ਼ਿਫਟ ਕਰ ਦਿੰਦੇ ਆ ਸਾਡੇ ਕੋਲ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਕੋਲ ਬਾਗ ਡੋਰ ਹੈ ਤੇ ਉਹ ਵਧੀਆ ਆਪਣਾ ਪਰਫਾਰਮ ਕਰ ਰਿਹਾ ਤੇ ਜੇ ਉਹਨਾਂ ਦੀ ਪਰਫਾਰਮੈਂਸ ਦੇ ਵਿੱਚ ਦੇਖੋ ਜੀ ਮੈਚ ਚੱਲਦੇ ਮੈਚ ਦੇ ਵਿੱਚ ਤਾਂ ਨਹੀਂ ਨਾ ਕੈਪਟਨ ਬਦਲਦਾ ਨਹੀਂ ਸਰ ਨਵੇਂ ਮੈਚ ਦੀ ਗੱਲ ਕਰ ਰਿਹਾ ਸਰ ਨਵੇਂ ਮੈਚ ਦੀ ਗੱਲ ਕਰ ਰਿਹਾ 2022 ਦੀ ਹਾਂਜੀ ਹਾਂਜੀ ਤੇ ਨਵੇਂ ਮੈਚ ਦੇ ਵਿੱਚ ਜੋ ਵੀ ਸਾਡੀ ਪਾਰਟੀ ਦਾ ਫੈਸਲਾ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ ਆਫ ਕੋਰਸ ਹਲੇ ਕੈਪਟਨ ਅਮਰਿੰਦਰ ਸਿੰਘ ਤੇ ਸਾਨੂੰ ਪੂਰੀ ਹੈ ਉਮੀਦਾਂ ਨੇ ਠੀਕ ਹੈ ਤੇ ਮਿਸਟਰ ਮੰਗਰ ਕੀ ਕਹਿੰਦੇ ਹੈ ਕੈਪਟਨ ਰਣ ਸਿੰਘ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਹਾਂਜੀ ਕੈਪਟਨ ਰਣ ਸਿੰਘ ਕੈਪਟਨ ਰਣ ਸਿੰਘ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ ਕਪਤਾਨੀ ਛੱਡ ਦੇਣੀ ਚਾਹੀਦੀ ਹੈ ਦੇਖੋ ਇਹ 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 ਉਹਨਾਂ ਦਾ ਪਰਸਨਲ ਹੋ ਹੈਗਾ ਪਰ ਮੇਰੇ ਹਿਸਾਬ ਨਾਲ ਜਿਸ ਤੋਂ ਇੱਕ ਕੋਈ ਗੱਲ ਨਹੀਂ ਗਰਕਸ਼ਾਹਬ ਉਹ ਤਾਂ ਸਮੇਂ ਦੱਸ ਦੂਗਾ ਉਹਦੇ ਦੀ ਗੱਲ ਠੀਕ 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 ਹੈ ਪੋਗਲ ਸਾਹਿਬ ਤੁਹਾਨੂੰ ਰਿਟਾਇਰ ਕਰਦਾ ਚਲੋ ਠੀਕ ਠੀਕ ਹੈ 100 110 ਸੀਟਾਂ ਤੋਂ 20 ਤੇ ਲਿਆ ਚਲੋ ਚਲੋ ਠੀਕ ਠੀਕ ਹੈ ਮਾਗਰ ਸਾਹਿਬ ਪੋਗਲ ਸਾਹਿਬ ਲਾਸਟ ਕਮੈਂਟ ਸਰ ਤੁਹਾਡੇ ਦੋ ਤਲ ਲੈਣੇ ਮੈਂ ਪੋਗਲ ਸਾਹਿਬ ਹਮੇਸ਼ਾ ਜਦੋਂ ਵੀ ਕੋਈ ਟੀਮ ਹਾਰਦੀ ਹੁੰਦੀ ਹੈ ਜਾਂ ਕੋਈ ਟੀਮ ਹੈ ਜਿਹੜੀ ਪਰਫਾਰਮੈਂਸ ਅੱਛਾ ਨਹੀਂ ਦੇ ਪਾਉਂਦੀਗੀ ਇੱਕ ਟੇਬਲ ਬੰਨਦਾ ਸਰ ਮੈਂ ਸਪੋਰਟਸ ਦੀ ਗੱਲ ਕਰ ਰਿਹਾ ਵਾਰ-ਵਾਰ ਕਿਉਂਕਿ ਇਹ ਸਾਰੇ ਸਪੋਰਟਸ ਦੇ ਬੰਦੇ ਹੈਗੇ ਸਿੱਧੂ ਸਾਹਿਬ ਪ੍ਰਗਟ ਸਾਹਿ ਜੀ ਜੀ ਉਹ ਸਰ ਉਦੋਂ ਫਿਰ ਟੀਮ ਦੇ ਮੈਨੇਜਮੈਂਟ ਸੋਚਦੀ ਹੈ ਵੀ ਆਪਾਂ ਇਹਦੇ ਵਿੱਚ ਕੀ ਚੇਂਜ ਕਰ ਸਕਦੇ ਆ ਸਰ ਇੱਕ ਆਵਾਜ਼ ਕਲੈਕਟਿਵਲੀ ਉੱਠ ਕੇ ਆਉਂਦੀ ਹੈ ਕਿ ਕਿਸੇ ਨੌਜਵਾਨ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਹੈ ਜਾਂ ਇਹੋ ਜਿਹੇ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਜਿਹੜਾ ਟੀਮ ਨੂੰ ਨਾਲ ਲੈ ਕੇ ਚੱਲ ਸਕੇ ਕੈਪਟਨ ਮਰਿੰਦਰ ਸਿੰਘ ਤੋਂ ਇਲਾਵਾ ਕੋਈ ਕਾਂਗਰਸ ਕੋਲੇ ਕੋਈ ਚਿਹਰਾ ਹੈ ਜਿਹੜਾ ਟੀਮ ਨੂੰ ਨਾਲ ਲੈ ਕੇ ਚੱਲ ਸਕੇ ਭਗਲ ਸਾਹਿਬ ਦੇਖੋ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਕਾਂਗਰਸ ਦੇ ਵਿੱਚ ਔਰ इवन ਦੂਸਰੀਆਂ ਪਾਰਟੀਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਚਿਹਰੇ ਹੈਗੇ ਆ ਜਿਹੜੇ ਵਾਕਈ ਉਸ ਤਰ੍ਹਾਂ ਦਾ ਕੰਮ ਕਰ ਸਕਦੇ ਆ ਲੇਕਿਨ ਉਹਨਾਂ ਦੀ ਕ੍ਰੈਡੀਬਿਲਟੀ ਕਾਂਗਰਸ ਦੀ ਜਿੱਥੋਂ ਤੱਕ ਗੱਲ ਹੈ ਉਹ ਉਸ ਨੂੰ ਸਥਾਪਿਤ ਕਰਨੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਦਿੱਲੀ 'ਚ ਬੈਠੀ ਉਹਨਾਂ ਨੂੰ ਉਹਦੇ ਪਿੱਛੇ ਆਉਣਾ ਪਏਗਾ ਉਮੀਦ ਕਰਦੇ ਆ ਕਿ ਕਾਂਗਰਸ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਦੇਖੋ ਕਾਂਗਰਸ ਪਾਰਟੀ ਦਾ ਬੜਾ ਇੱਕ ਅੱਛਾ ਇਤਿਹਾਸ ਰਿਹਾ ਹੈਗਾ ਕਾਂਗਰਸ ਪਾਰਟੀ ਇੱਕ ਸਮੇਂ ਤੱਕ ਪਿਛਲੇ 30-40 ਸਾਲ ਤੋਂ ਪਹਿਲਾਂ ਸੈਕੂਲਰਿਜ਼ਮ ਔਰ ਸਾਰਾ ਜਿਹੜਾ ਉਹਨਾਂ ਦੇ ਰੋਲ ਹੈ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ ਬੀਜੇਪੀ ਜਿੰਨਾ ਮਰਜ਼ੀ ਉਹਨਾਂ ਦੇ ਖਿਲਾਫ ਹੋਵੇ ਲੇਕਿਨ ਇਹ ਵੀ ਗੱਲ ਸੱਚ ਹੈ ਕਿ ਉਸ ਤੋਂ ਬਾਅਦ ਕਾਂਗਰਸ ਦਾ ਐਸਾ ਜਿਹੜਾ ਹੈ ਡਾਊਨਫਾਲ ਸ਼ੁਰੂ ਹੋਇਆ ਕਿ ਸਹੀ ਲੀਡਰ ਜਿਹੜੇ ਹੈਗੇ ਆ ਜਿਹੜੇ ਪਰਿਵਾਰਕ ਤੌਰ ਦੇ ਉੱਤੇ ਫੇਥਫੁਲ ਸੀ ਉਹਨਾਂ ਨੂੰ ਰੱਖਿਆ ਗਿਆ ਵਿਅਕਤੀ ਜਿੱਥੇ ਕਿਤੇ ਸਹੀ ਲੀਡਰਸ਼ਿਪ ਕਿਤੇ ਆਏਗੀ ਤਾਂ ਉੱਥੇ ਕਾਂਗਰਸ ਪਾਰਟੀ ਬੜਾ ਅੱਛਾ ਪਰਫਾਰਮ ਕਰਦੀ ਰਹੀ ਹੈ ਤੇ ਜੇ ਕਾਂਗਰਸ ਪਾਰਟੀ ਇਸ ਤਰ੍ਹਾਂ ਦਾ ਹੁਣ ਕੋਈ ਬੋਲਡ ਡਿਸੀਜਨ ਲੈ ਲੈਂਦੀ ਹੈ ਤੇ ਕਾਂਗਰਸ ਵੀ ਬਚ ਸਕਦੀ ਔਰ ਪੰਜਾਬ ਵੀ ਬਚ ਸਕਦਾ ਹੈਗਾ ਲੇਕਿਨ ਇਸ ਚੀਜ਼ ਦੀ ਸੰਭਾਵਨਾ ਬੜੀ ਘੱਟ ਹੈ ਇਨ ਦਾ ਗਿਵਨ ਸਰਕਮਸਟੈਂਸਸ ਇਹੀ ਪ੍ਰੋਬਲਮ ਜਿਹੜੀ ਹੈਗੀ ਸਾਡੀਆਂ ਦੂਸਰੀਆਂ ਪਾਰਟੀਆਂ ਚ ਵੀ ਹੈ ਅੱਛੇ ਚਿਹਰੇ ਹੈਗੇ ਆ ਅਕਾਲੀ ਦਲ ਦਾ ਸਤਿਆਨਾਸ਼ ਜਿਹੜਾ ਹੈਗਾ ਉਹ ਮੈਸੇਜ ਪ੍ਰਕਾਸ਼ ਸਿੰਘ ਬਾਦਲ ਐਂਡ ਸੰਸ ਨਹੀਂ ਕਰਦਾ ਕਿ ਖਾਨਦਾਨੀ ਪਾਰਟੀ ਨਾ ਪੀਟੀ ਵੀ ਪਾਰਟੀ ਲੈ ਕੇ ਆਤਵਾ ਕਰ। ਤੁਸੀਂ ਆਪਣਾ ਥੋੜੀ ਗੱਲ ਰੀਜ਼ਨੇਬਲ ਕਰੀਏ ਤੁਸੀਂ ਨਾ ਉਰੇ ਬੈਠ ਕੇ ਆਪਾਂ ਐਨੇ ਕਮੈਂਟ ਜਿਹੜੇ ਸਤਿਆਨਾਸ਼ ਸਿਰ ਉਹਦੇ ਬਾਅਦ ਉਹ ਤੋਂ ਬੋਲਦੇ ਹੋ ਨਾ 10 ਸਾਲ ਸਰਕਾਰ ਰਹੀ ਹੈ ਸੋ ਤੁਸੀਂ ਪਲੀਜ਼ ਆਪਣੇ ਆਪ ਨੂੰ ਨਾ ਇਹਨਾਂ ਬਾਲਟੋ ਕੇ ਵਿਚਾਰ ਨਾ ਦਿਆ ਕਰੋ। ਨਹੀਂ ਮੈਂ ਦੋ ਤਿੰਨ ਵਾਰ ਡਿਬੇਟ ਦੇ ਵਿੱਚ ਨੋਟਿਸ ਕਰ ਲਿਆ ਬੀ ਐਂਅਲਿਸਟ ਨੂੰ ਨਾ ਸੁਣ ਰੋ ਉਹਦੋਂ ਵਾਰ ਬੋਲੀਓ ਤੁਸੀਂ ਆਇਆ ਸਾਇਮਨ ਅਨਲਿਸਟ ਆਇਆ ਮੈਂ ਅਨਲਿਸਟ ਬੀ ਐਂਅਲਿਸਟ ਬੋਲੋ ਬੋਗਲ ਸਭ ਬੋਲੋ ਬੀ ਐਂਅਲਿਸਟ ਮਿਸਟਰ ਖੇਰ ਮੈਂ ਆਜੂਗਾ ਤੁਹਾਡੇ ਕੋਲ ਆਜੂਗਾ ਪਾਰਟੀ ਦੇ ਪਾਰਟੀ ਦਾ ਪਲੇਟਫਾਰਮ ਵਰਤ ਕੇ ਜਿਸ ਤਰੀਕੇ ਨਾਲ ਪਰਸਨਲ ਬਿਜ਼ਨਸ ਕੀਤਾ ਕਿ ਸਾਰਿਆਂ ਨੂੰ ਕਿਹਨਾਂ ਨੂੰ ਨਹੀਂ ਪਤਾ ਉਹ ਕੀ ਉਹਦਾ ਸਟੇਟ ਨੂੰ ਇਸ ਤੀ ਤੱਕ ਖਮਿਆਜ਼ਾ ਪੁੱਟਿਆ ਜਿਹੜਾ ਖਰਾਬ ਮੈਂ ਇੱਕ ਵਾਰ ਮੈਂ ਭੋਗ ਸਿੰਘ ਸਾਹਿਬ ਨੂੰ ਚੈਲੰਜ ਕਰਦਾ ਚੈਨਲ ਦੇ ਉੱਤੇ ਜਾਂ ਤਾਂ ਪ੍ਰੂਫ ਨਾਲ ਗੱਲ ਕਰੋ ਯੂ ਆਰ ਨਾਟ ਹੇਅਰ ਟੂ ਮੇਕ ਐਲੀਗੇ ਯੂ ਆਰ ਨਾਟ ਹੇਅਰ ਟੂ ਮੇਕ ਅ ਕਲੇਮ ਜੇ ਤੁਹਾਨੂੰ ਉਹਨਾਂ ਨੇ ਇਤਰਾਜ਼ ਇਸ ਤਰ੍ਹਾਂ ਜਣਾ ਕਹਦੇ ਤੁਸੀਂ ਮੈਂ ਕਹ ਰਿਹਾ ਜੀ ਇਸ ਤਰ੍ਹਾਂ ਇਤਰਾਜ਼ ਹੈ ਨਾ ਬਸ ਠੀਕ ਹੈ ਹਾਂ ਇਸ ਤੇ ਬੋਲੋ ਬਦਲ ਕੇ ਬਣਾਉਂਦੀ ਇਤਰਾਜ਼ ਠੀਕ ਹੈ ਚਲੋ ਦੂਸਰੀ ਗੱਲ ਜਿਹੜੀ ਇਹ ਇਹ ਜਿਹੜਾ ਹੈ ਜਿੱਥੋਂ ਤੁਸੀਂ ਮੈਨੂੰ ਬੇਸਿਕ ਸਵਾਲ ਪੁੱਛਿਆ ਸੀਗਾ ਕਿ ਲੀਡਰਸ਼ਿਪ ਫੇਸਿਸ ਹੈਗੇ ਨੇ ਐਸੀ ਗੱਲ ਨਹੀਂ ਟੈਲੈਂਟ ਦੀ ਕਮੀ ਨਹੀਂ ਹੈਗੀ ਲੇਕਿਨ ਉਸ ਟੈਲੈਂਟ ਨੂੰ ਜਿਹੜਾ ਹੈਗਾ ਦੋ ਚੀਜ਼ਾਂ ਹੀ ਅੱਗੇ ਲਿਆਂਦੀਆਂ ਜਾਂ ਮੈਚੂਰ ਲੀਡਰਸ਼ਿਪ ਜਿਹੜੀ ਸੈਂਟਰਲ ਜਾਂ ਲੋਕ ਹੀ ਇੰਨੇ ਸਜਗ ਹੋ ਜਾਣ ਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਸਪੋਰਟ ਦੇ ਕੇ ਉਹਨ ਸੋ ਇਹ ਪ੍ਰੋਬਲਮ ਜਿਹੜੀ ਹੈਗੀ ਰਹਿੰਦੀ ਹੈ ਜੇ ਕਿਤੇ ਇਹ ਹੋ ਜਾਂਦਾ ਹੈਗਾ ਤਾਂ ਬਹੁਤ ਅੱਛਾ ਹੋਏਗਾ ਇੱਕ ਆਖਰੀ ਸਵਾਲ ਪੋਗਲ ਸਾਹਿਬ ਬੇਅਦਬੀ ਦੇ ਮਸਲੇ ਤੇ ਸਭ ਕੁਝ ਸ਼ੁਰੂ ਹੋਇਆ ਸੀ ਬੇਅਦਬੀ ਨਾਲ ਜੁੜੇ ਮਸਲੇ ਸਾਰੇ ਜਿਵੇਂ ਗੋਲੀ ਕਾਂਡ ਵਾਲੇ ਮਸਲੇ ਜੀ ਜੀ ਉਹਨਾਂ ਤੇ ਕਾਂਗਰਸ ਦਾ ਕਲੇਸ਼ ਬਾਹਰ ਆਇਆ ਸੀਗਾ ਪਰ ਜੋ ਸਾਡੇ ਕੋਲ ਰਿਪੋਰਟ ਆ ਹੁਣ ਤੱਕ ਬੇਅਦਬੀ ਦੇ ਮਸਲੇ ਤੇ ਉਹ ਕੈਪਟਨ ਰਣਜੀਤ ਸਿੰਘ ਜਾਂ ਮੁੱਖ ਮੰਤਰੀ ਨੂੰ ਕੋਈ ਇਹੋ ਜਿਹਾ ਹੁਕਮ ਦੇਣ ਨੂੰ ਤਿਆਰ ਨਹੀਂ ਹੈਗੇ ਉਹ ਕਮੇਟੀ ਉਹ ਕਮੇਟੀ ਸਿਰਫ ਇਹ ਕਹੂਗੀ ਕਿ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੰਵੇਦਨਸ਼ੀਲ ਹੈ ਨਾਜ਼ੁਕ ਮੁੱਦਾ ਮੁੱਖ ਮੰਤਰੀ ਨੂੰ ਆਜ਼ਦੀ ਦੇ ਨਾ ਹੱਲ ਕਰਨ ਸਰ ਹੱਲ ਬੇਅਦਬੀ ਦਾ ਮਸਲਾ ਨਹੀਂ ਹੋਣਾ ਹਾਲ ਸਿਰਫ ਇਹ ਹੋਣਾ ਕਿ ਨੂੰ ਕਿੱਥੇ ਫਿੱਟ ਕਰਨਾ ਭਗਵਲ ਸਾਹਿਬ ਜੇ ਸਰ ਸਾਡੀ ਰਿਪੋਰਟ ਗਲਤ ਹੈ ਤਾਂ ਰਿਕਾਰ ਦਿਓ ਇਹਨੂੰ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਬੇਅਦਬੀ ਦਾ ਮਸਲਾ ਜਿਹੜਾ ਹੈਗਾ ਇਸ ਤਰੀਕੇ ਨਾਲ ਉਲਟ ਚੁੱਕਿਆ ਹੈਗਾ ਔਰ ਇਸ ਬੇਅਦਬੀ ਦੇ ਮਸਲੇ ਚ ਅਕਾਲੀ ਦਲ ਦਾ ਰੋਲ ਜੋ ਹੈ ਉਹ ਵੀ ਸਾਰਿਆਂ ਨੂੰ ਪਤਾ ਹੈ ਕਾਂਗਰਸ ਦਾ ਰੋਲ ਕੀ ਰਿਹਾ ਦੂਜੀਆਂ ਪਾਰਟੀਆਂ ਦਾ ਰੋਲ ਕੀ ਰਿਹਾ ਉਸ ਨੂੰ ਕੋਈ ਸਿੱਧੇ ਤਰੀਕੇ ਨਾਲ ਜਿਹੜਾ ਹੈਗਾ ਟੇਕਿੰਗ ਦਾ ਬੱਲ ਬਾਈ ਹੌਰਨਸ ਕੋਈ ਨਹੀਂ ਕਰੂਗਾ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਹੈ ਜਿੱਥੋਂ ਜਿੱਥੋਂ ਜਿਹਨੂੰ ਫਾਇਦਾ ਹੋਊਗਾ ਉਸ ਨੂੰ ਉਸ ਨਾਲ ਉਹਨਾਂ ਨਾਲ ਉਭਾ ਕੇ ਰੱਖਿਆ ਜਾਊਗਾ ਬਾਕੀ ਜਿਹੜੀ ਗੱਲ ਹੈਗੀ ਜਿਹੜੀ ਜਿੱਥੇ ਜਿੱਥੇ ਫਿਟ ਕਰਨਾ ਜਿਹੜੀ ਤੁਸੀਂ ਗੱਲ ਕਹੀ ਹੈ ਵਾਕਈ ਹੀ ਕਾਂਗਰਸ ਦੇ ਦੇ ਵਿੱਚ ਤਾਂ ਉਹੀ ਤਾਂ ਕਿ ਲੋਕ ਬੇਅਦਬੀ ਦੇ ਮਸਲੇ 'ਤੇ ਗੱਲ ਕਰਨੀ ਬੰਦ ਕਰ ਦੇਣ ਔਰ ਇਸੇ ਪਾਸੇ ਨੂੰ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਆਜ ਸ਼ਾਇਦ ਇਨ ਗਿਵਨ ਦਾ ਗਿਵਨ ਸਰਕੰਸ ਸਿਆਣਪੀ ਇਸੇ ਚੀਜ਼ ਦੇ ਵਿੱਚ ਚਲੋ ਨਿਗਮਾ ਬੋਰਡ ਦੇ ਚੇਅਰਮੈਨ ਫਿੱਟ ਕਰ ਦੋ ਤੇ ਕੈਬਨਟ ਜਿਹੜੀ ਕੁਰਸੀ ਖਾਲੀ ਪਈ ਉਹ ਪਰ ਦੋ ਜਾਂ ਕੋਈ ਹੋਰ ਉੱਤੇ ਜਿਹੜੇ ਉਹ ਪਰ ਦੋ ਪੰਜਾਬ ਕਾਂਗਰਸ ਦਾ ਜਿਹੜਾ ਹੈਗਾ ਜਥੇਬੰਦਕ ਢਾਂਚਾ ਉਹਨੂੰ ਮਜ਼ਬੂਤ ਕਰ ਦੋ ਉਹਨੂੰ ਫੁੱਲਫਿਲ ਕਰ ਦੋ ਇਹ ਸਾਰਾ ਕੁਝ ਹੋਣ ਜਾ ਰਿਹਾ ਭੁਗਤ ਸਾਹਿਬ ਤੁਹਾਡਾ ਬਹੁਤ ਧੰਨਵਾਦ ਗੁਰਮント ਮੰਗਰ ਤੁਹਾਡਾ ਬਹੁਤ ਧੰਨਵਾਦ ਅਰਸ਼ਵੀ ਸਿੰਘ ਜੀ ਧੰਨਵਾਦ ਸਰ ਕਲੇਸ਼ ਦੀ ਰਿਪੋਰਟ ਪੇਸ਼ ਹੋਈ ਹੈ ਪ੍ਰਗਟ ਸਿੰਘ ਨੇ ਪਤਾ ਨਹੀਂ ਕਿਹੜਾ ਪੇਚ ਫਸਾ ਦਿੱਤਾ ਪਰ ਇਹ ਪੇਚ ਫਸਾਇਆ ਹੋਇਆ ਦੱਸਦਾ ਪਿਆ ਕਿ ਇਸ ਰਿਪੋਰਟ ਵਿੱਚ ਕੈਪਟਨ ਮਰਿੰਦਰ ਸਿੰਘ ਦੇ ਖਿਲਾਫ ਕਿੰਨੇ ਕਿੰਨੇ ਵਿਧਾਇਕ ਭੁਗਤੇ ਆ ਜਾਂ ਪ੍ਰਗਟ ਸਿੰਘ ਹਰਾਂ ਦੇ ਨਾਲ ਨਜੋਸਨ ਸਿੱਤੂ ਹਰਾਂ ਦੇ ਨਾਲ ਜਿਹੜੇ ਹੋਰ ਜਿਹੜੇ ਦੁਆਬੇ ਚੋਂ ਆਵਾਜ਼ਾਂ ਉੱਠਦੀਆਂ ਪਈਆਂ ਮੱਝ ਚੋਟਦੀਆਂ ਪਈਆਂ ਉਹ ਕਿਸ ਪਾਸੇ ਭੁਗਤੀਆਂ ਪਈਆਂ ਪਰ ਬਹੁਤ ਸਾਰੇ ਸਵਾਲ ਹੈ ਇਹਨਾਂ ਵਿੱਚ ਅਜੰਡਾ ਪੰਜਾਬ ਹੈ ਜਾਂ ਨਹੀਂ ਸਵਾਲ ਇਹ ਹੀ ਹੈ ਬਹੁਤ ਧੰਨਵਾਦ